ਮਹਾਰਾਜ ਜੀ ਨੇ ਅਪਾਰ ਕਿਰਪਾਲਤਾ ਕੀਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਲਿਆਣਕਾਰੀ ਗੋਦ ਅੰਦਰ ਬੈਠ ਕੇ ਆਪ ਜਗਿਆਸੂ ਜਨਾਂ ਨੇ ਗੁਰਮੁਖਾਂ ਪਿਆਰਿਆਂ ਦੀ ਰਸ ਭਿੰਨੀ ਰਸਨਾ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹ ਪ੍ਰਾਪਤ ਕੀਤਾ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਤਰੁੱਠਣ ਕਿਸੇ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਵੇ, ਫਿਰ ਸਤਸੰਗਤ ਕਰਨ ਦਾ ਇਹ ਸ੍ਰੇਸ਼ਟ ਸਮਾਂ ਜੀਵ ਨੂੰ ਪ੍ਰਾਪਤ ਹੁੰਦਾ। ਹਜ਼ੂਰ ਦੇ ਪਵਿੱਤਰ ਬਚਨ ਨੇ ਜਾ ਕੇ ਮਸਤਕ ਕਰਮ ਪ੍ਰਭ ਪਾਏ, ਸਾਧ ਸਰਣ ਨਾਨਕ ਤੇ ਆਏ, ਜਿਨ੍ਹਾਂ ਦੇ ਮੱਥੇ ਦਾ ਭਾਗ ਉਜਲਾ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਕਰਨ, ਉਹ ਚੱਲ ਕੇ ਸਤਸੰਗਤ ਵਿੱਚ ਆਉਂਦੇ ਨੇ। ਫਿਰ ਗੁਰੂ ਸਾਹਿਬ ਜੀ ਦਾ ਇਹ ਪਵਿੱਤਰ ਬਚਨ ਹੈ, ਜੇ ਠਾਕੁਰ ਸੋ ਪ੍ਰਸੰਨ ਭਇਓ ਸਤਸੰਗਤ ਤੇ ਪਿਆਰ, ਜਿਸ ਉੱਪਰ ਠਾਕੁਰ ਪ੍ਰਸੰਨ ਹੋਵੇ ਅਕਾਲ ਪੁਰਖ ਵਾਹਿਗੁਰੂ ਜੀ ਜਿਸ ਉੱਪਰ ਪ੍ਰਸੰਨ ਹੋਣਗੇ ਉਹ ਗੁਰਮੁਖ ਸਤਸੰਗੀ ਹੁੰਦਾ। ਸਤਸੰਗਤ ਨਾਲ ਉਸਦਾ ਪ੍ਰੇਮ ਹੈ। ਸੰਗਤ ਦੀ ਮਹਾਨਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਪਵਿੱਤਰ ਰਸਨਾ ਤੋਂ ਸਤਸੰਗ ਦੀ ਕਥਨ ਕੀਤੀ ਹੈ, ਬਲਕਿ ਮਹਾਰਾਜ ਜੀ ਨੇ ਤਾਂ ਮੋਹਰੀ ਲਗਾ ਦਿੱਤੀ ਪਵਿੱਤਰ ਮੁਖ ਤੋਂ, ਖੋਜਤ ਖੋਜਤ ਸੁਣੀ ਹੈ ਸੋਏ, ਸਾਧ ਸੰਗਤ ਬਿਨ ਤਰਿਓ ਮੈਂ ਕੋਲ। ਖੋਜ ਕਰਨ ਤੋਂ ਬਾਅਦ ਕਹਿੰਦੇ ਅਸੀਂ ਨਿਰਣੇ ਨਾਲ ਇੱਕ ਗੱਲ ਕਹਿ ਸਕਦੇ ਹਾਂ, ਸਤਸੰਗਤ ਕੀਤੇ ਬਗੈਰ ਕਿਸੇ ਦਾ ਪਾਰ ਉਤਾਰਾ ਨਹੀਂ ਹੈ। ਕੋਈ ਹੋਰ ਸਾਧਨ ਪਾਰ ਉਤਾਰੇ ਦਾ ਨਹੀਂ, ਕਿਉਂਕਿ ਗੁਰਮੁਖਾਂ ਦੀ ਸੰਗਤ ਹੀ ਸਤਸੰਗਤ ਅਸਲ ਵਿੱਚ ਸਾਨੂੰ ਨਾਮ ਦੀ ਮਹਾਨਤਾ ਦੱਸੇਗੀ। ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਆਪਾਂ ਨੂੰ ਪਤਾ ਲੱਗਦਾ ਅਸਲ ਵਿੱਚ ਸਾਡੇ ਜੀਵਨ ਦਾ ਮਨੋਰਥ ਕੀ ਹੈ, ਸਾਡੇ ਜੀਵਨ ਦਾ ਜਿਹੜਾ ਏਮ ਹੈ ਉਹ ਕੀ ਹੈ ਔਰ ਉਸਦੀ ਕਿਵੇਂ ਪ੍ਰਾਪਤੀ ਹੋਵੇਗੀ। ਪਰ ਇਸਦੇ ਵਾਸਤੇ ਜ਼ਰੂਰੀ ਹੈ ਭਈ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਵੇ, ਆਪਣਾ ਮੱਥਾ ਸਿੱਧਾ ਹੋਵੇ, ਮੱਥੇ ਦੀ ਰੇਖਾ ਕੰਮ ਕਰੇ, ਤਾਂ ਫਿਰ ਆਪਾਂ ਸਤਸੰਗਤ ਵਿੱਚ ਜਾਣ ਕੇ ਲਾਹਾ ਪ੍ਰਾਪਤ ਕਰ ਸਕਦੇ ਹਾਂ। ਨਹੀਂ ਤਾਂ ਹਜ਼ੂਰ ਦੇ ਬਚਨ ਨੇ ਜਬ ਲੋ ਨਹੀਂ ਪਾਗਲ ਲਾਰ ਉਹਦਾ ਤਬ ਲੋ ਭਰਮਤੇ ਫਿਰਤੇ ਬਹੁਤ ਆਏ, ਕੱਲ ਹੋਰ ਸਮੁੰਦਰ ਮੈਂ ਬੂਡ ਉੱਥੇ ਕਬੂ ਮਿਟਾ ਨਹੀਂ ਰੇ ਪਛਤਾਏ। ਜਦੋਂ ਤੱਕ ਮੱਥਾ ਇਹਦੇ ਭਾਗ ਉਹਦੇ ਨਹੀਂ ਹੋਣਗੇ ਉਦੋਂ ਤੱਕ ਸੰਸਾਰ ਸਮੁੰਦਰ 'ਚ ਗੋਤੇ ਖਾਣੇ ਪੈਣਗੇ। ਪਾਰਲਕ ਨਾਰਾ ਕਦੇ ਵੀ ਆਪਾਂ ਨੂੰ ਖਿਆਵੇਗਾ ਨਹੀਂ। ਪੰਜਵੇਂ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਨੇ, ਪਰਮਾਣੂ ਪ੍ਰਜੰਤ ਆਕਾਸ਼ਾ ਦੀਪ ਲੋਸੇ ਖੰਡਣਾ, ਗਸ਼ੇਣ ਨੈਣ ਪਾਰੇਣ ਨਾਨਕ ਬਿਨਾਂ ਸਾਧੂ ਨਾ ਸੁਧਿਅਤੇ। ਕੋਈ ਹੱਠ ਯੋਗ ਕਰਕੇ ਆਪਣੇ ਸਰੀਰ ਨੂੰ ਇੰਨਾ ਕੁ ਸੂਖਮ ਕਰ ਲਏ ਭਈ ਉਹ ਅਣੂ ਦੇ ਬਰਾਬਰ ਹੋ ਕੇ ਸਾਰੀ ਧਰਤੀ ਦਾ ਭ੍ਰਮਣ ਵੀ ਅਗਰ ਕਰ ਲਵੇਗਾ ਤਾਂ ਹਜ਼ੂਰ ਦੇ ਪਵਿੱਤਰ ਬਚਨ ਕਹਿੰਦੇ ਗੁਰਮੁਖੋ ਨਿਸ਼ਚੈ ਵਾਚਕ ਗੱਲ ਵੇ, ਜਦੋਂ ਤੱਕ ਸਾਧ ਸੰਗਤ ਨਹੀਂ ਕਰੇਗਾ ਪਾਰ ਉਤਾਰਾ ਕੋਈ ਨਹੀਂ ਹੈ, ਕਦੇ ਨਹੀਂ ਪਾਰ ਉਤਰ ਸਕੇਗਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਾਧ ਸੰਗਤ ਦੀ ਸੰਗਤ ਵਿੱਚ ਪ੍ਰਤੱਖ ਰੂਪ ਵਿੱਚ ਵਰਤਣੀ ਹੁੰਦੀ ਹੈ। ਉਹ ਸ੍ਰੇਸ਼ਟ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਾਂ ਸਾਰਿਆਂ ਨੂੰ ਬਖਸ਼ਿਆ, ਹਜ਼ੂਰ ਰਹਿਮਤ ਕਰਨ ਆਪਣੇ ਚਿੱਤ ਦੀ ਇਕਾਗਰਤਾ ਬਣ ਸਕੇ ਤਾਂ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਬਾਣੀ ਦੇ ਕੀਰਤਨ ਕਥਾ ਗੁਰਮਤਿ ਵਿਚਾਰਾਂ ਆਪਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਸਕੀਏ। ਬਹੁਤ ਲੋਕਾਂ ਨੇ ਯਤਨ ਸਾਧ ਸੰਗਤ ਜੀ ਕੀਤੇ ਅਕਾਲ ਪੁਰਖ ਦੀ ਨੇੜਤਾ ਪ੍ਰਾਪਤ ਕਰਨ ਵਾਸਤੇ, ਔਰ ਇਹ ਪਰਮਾਤਮਾ ਦੀ ਪ੍ਰਸੰਨਤਾ ਵਾਸਤੇ ਯਤਨ ਜਦੋਂ ਤੋਂ ਸੰਸਾਰ ਹੋਂਦ ਵਿੱਚ ਆਇਆ ਉਦੋਂ ਤੋਂ ਹੁੰਦੇ ਹੀ ਆਏ ਨੇ। ਕੁਝ ਲੋਕ ਐਸੇ ਸੰਸਕਾਰ ਲੈ ਕੇ ਆਉਂਦੇ ਨੇ ਜਿਨ੍ਹਾਂ ਦਾ ਮਨ ਹੁੰਦਾ ਵੀ ਇਸ ਜੀਵਨ ਦੀ ਸਮਾਪਤੀ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦੀ ਅਭੇਤਾ ਦਾ ਆਨੰਦ ਮਾਣ ਲਈਏ, ਫਿਰ ਸਮਝਾਂਗੇ ਸਾਡਾ ਜੀਵਨ ਸਫਲਾ ਹੋ ਗਿਆ। ਕੁਝ ਦੂਸਰੀ ਤਰ੍ਹਾਂ ਦੇ ਵੀ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਇਹ ਸੰਸਾਰ ਹੀ ਅਤੇ ਇਹਦੇ ਰੰਗ ਤਮਾਸ਼ੇ ਹੀ ਸਿਰਫ ਦਿਖਾਈ ਦੇਣਗੇ, ਉਹਨਾਂ ਨੂੰ ਆਪਣੇ ਜੀਵਨ ਦਾ ਮਨੋਰਥ ਕਦੇ ਵੀ ਨਹੀਂ ਸੁੱਜੇਗਾ। ਪਰ ਜਿਹਨਾਂ ਭਾਗਾਂ ਵਾਲਿਆਂ ਦੇ ਮਨ ਵਿੱਚ ਇਹ ਆ ਜਾਂਦਾ ਨਾ ਵੀ ਪਰਮਾਤਮਾ ਦੀ ਨੇੜਤਾ ਆਪਾਂ ਪ੍ਰਾਪਤ ਕਰਨੀ ਹੈ, ਭਾਈ ਸਵਾਸ ਖਤਮ ਹੋਣ ਇਹਦੇ ਤੋਂ ਪਹਿਲਾਂ ਪਹਿਲਾਂ ਮਹਾਰਾਜ ਕਿਰਪਾ ਕਰਨ, ਗੱਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪ ਨੀਤ, ਕਹਾਂ ਵਿਸਾਸਾ ਦੇਹ ਕਾ ਬਿਰਮ ਨਾ ਕਰੇ ਹੋ ਮੀਰ। ਉਹ ਕਹਿੰਦੇ ਕੀ ਤੈਨੂੰ ਇਸ ਦੇਹ ਦੀ ਕੋਈ ਕੋਈ ਹੈ ਤੇਰੇ ਕੋਲ ਗਰੰਟੀ, ਸਰੀਰ ਦੀ ਕੋਈ ਗਰੰਟੀ ਨਹੀਂ ਕਦੋਂ ਇਸ ਦਾ ਅੰਤ ਆ ਜਾਵੇਗਾ, ਇਹ ਆਪਾਂ ਨੂੰ ਕੋਈ ਪਤਾ ਨਹੀਂ ਹੁੰਦਾ। ਨਹਿ ਬਾਰਕ ਨਹਿ ਜੋਗ ਨੇ ਨਹਿ ਬਿਰਧੀ ਕਸ਼ ਬੰਧ, ਉਹ ਬੇਰਾ ਨਾ ਬੁੱਧੀਆ ਜੋ ਆਏ ਪਰਿਆ ਜਾ ਬੰਧ। ਬਚਪਨ ਵਿੱਚ ਪਰ ਜੋਗਨ ਵਿੱਚ ਜਾਂ ਫਿਰ ਬੁਢੇਪੇ ਵਿੱਚ ਸਰੀਰ ਦਾ ਅੰਤ ਕਦੋਂ ਹੋਵੇਗਾ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਨੇ ਗੁਰਮੁਖੋ ਇਸ ਗੱਲ ਦਾ ਮਨੁੱਖ ਨੂੰ ਪਤਾ ਨਹੀਂ ਹੁੰਦਾ। ਇਸ ਲਈ ਚੱਲਦੇ ਹੋਏ ਸਰੀਰ ਦੇ ਸਮੇਂ ਵਿੱਚ ਜਿੰਨੇ ਗੋਬਿੰਦ ਦੇ ਗੁਣ ਆਪਾਂ ਗਾ ਲਵਾਂਗੇ ਉਹ ਆਪਣੇ ਕੰਮ ਆਉਣਗੇ, ਕਿਉਂਕਿ ਸੰਸਕਾਰ ਬਣ ਕੇ ਆਪਣੇ ਨਾਲ ਜਾਣਗੇ। ਫਿਰ ਉਹ
ਗੱਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪ ਨੀਤ ਨੀਤ ਅਰਥ ਨਿਤ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਆਪਾਂ ਨਿਤਾ ਪ੍ਰਤੀ ਗਾਉਣੇ ਨੇ ਫਿਰ ਨਿਤਾ ਪ੍ਰਤੀ ਵੀ ਕਿੰਨੇ ਉਠਤ ਬੈਠਤ ਸੋਭਤ ਧਿਆਈਏ ਮਾਰਗ ਚਲਤ ਹਰੇ ਹਰ ਗਾਈ ਬਹੁਤ ਵਾਰ ਆਪਣੇ ਮਨ 'ਚ ਵਿਚਾਰ ਹੁੰਦਾ ਵੀ ਚਲੋ ਸਵੇਰੇ ਉੱਠੇ ਆਪਾਂ ਮਹਾਰਾਜ ਜੀ ਦੀ ਕਿਰਪਾ ਸਦਕਾ ਨਿਤਨੇਮ ਕੀਤਾ ਸਾਰਾ ਦਿਨ ਧਰਮ ਦੀ ਕਿਰਤ ਕੀਤੀ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਅਤੇ ਪਾਰ ਉਤਾਰਾ ਨਿਸ਼ਚੈ ਵਾਚਕ ਪਾਰ ਉਤਾਰਾ ਕੋਈ ਸ਼ੰਕਾ ਨਹੀਂ ਇਹਦੇ ਵਿੱਚ ਹੈ ਪਰ ਇੱਕ ਆਤਮਕ ਆਨੰਦ ਹੁੰਦਾ ਸਾਧ ਜਿਹਨੂੰ ਅੱਖਰ ਬਿਆਨ ਨਹੀਂ ਕਰ ਸਕਦੇ ਇੱਕ ਆਤਮਕ ਰਾਸ ਹੁੰਦਾ ਜਿਹਦੇ ਵਾਸਤੇ ਆਪਾਂ ਸਮਝਾਉਣ ਲਈ ਚਲੋ ਕਬੀਰ ਸਾਹਿਬ ਨੇ ਆਖਿਆ ਕਹੋ ਕਬੀਰ ਗੂੰਗੇ ਕੋਲ ਖਾਇਆ ਪੁੱਛੇ ਅਤੇ ਕਿਆ ਕਹੀਏ ਗੂੰਗੇ ਦੀ ਮਠਿਆਈ ਵਾਲੀ ਇਹ ਗੱਲ ਹੈ ਬੋਲ ਕੇ ਦੱਸਣਾ ਤਾਂ ਕਠਿਨ ਹੈ ਉਹ ਤਾਂ ਕਹਿੰਦੇ ਨੇ ਕਹਿ ਵੀ ਕੋਈ ਸੋਭਾ ਨਹੀਂ ਦੇਖਾ ਹੀ ਪ੍ਰਮਾਣ ਉਸ ਆਤਮਕ ਆਨੰਦ ਦੀ ਪ੍ਰਾਪਤੀ ਲਈ ਹਾਂ ਅਗਰ ਜੀਵਨ ਸਫਲ ਕਰਨਾ ਹੈ ਤਾਂ ਇਹ ਪੱਕੀ ਗੱਲ ਵੇ ਕਿ ਜਿਹੜਾ ਬੰਦਾ ਸਵੇਰੇ ਉੱਠ ਕੇ ਰੱਬ ਰੱਬ ਕਰ ਲੈਂਦਾ ਸ਼ਾਮ ਨੂੰ ਫਿਰ ਆਪਣਾ ਉਹ ਸੰਧਿਆ ਦਾ ਸਮਾਂ ਪਵਿੱਤਰ ਕਰ ਲੈਂਦਾ ਨਿਤਨੇਮ ਕਰਦਾ ਉਹ ਡੁੱਬੇਗਾ ਤਾਂ ਨਹੀਂ ਪਰ ਆਤਮਕ ਆਨੰਦ ਵੀ ਪ੍ਰਾਪਤ ਹੋਵੇ ਇਹ ਕੋਈ ਜ਼ਰੂਰੀ ਨਹੀਂ ਜੇਕਰ ਆਤਮਕ ਆਨੰਦ ਸਾਧਸੰਗ ਜੀ ਆਪਾਂ ਉਹਦਾ ਰਸ ਮਾਨਣਾ ਹੈ ਉਸ ਨੂੰ ਪ੍ਰਾਪਤ ਕਰਨਾ ਤੇ ਫਿਰ ਸਤਿਗੁਰੂ ਜੀ ਦੇ ਬਚਨ ਚੇਤੇ ਰੱਖਣੇ ਪੈਣਗੇ ਉਠਤ ਬੈਠਤ ਸੋਭਤ ਧਿਆਈ ਹੈ ਹੁਣ ਮਹਾਰਾਜ ਸੱਚੇ ਪਾਤਸ਼ਾਹ ਉੱਠਦਿਆਂ ਬੈਠਿਆਂ ਤਾਂ ਤੁਸੀਂ ਯਾਦ ਆਓਗੇ ਜਦੋਂ ਸਬਕ ਪੱਕ ਗਿਆ ਪਰ ਸੋਭਤ ਧਿਆਈ ਇਹ ਕਿਵੇਂ ਹੋਵੇਗਾ ਜੀ ਸੁੱਤਾ ਪਿਆ ਬੰਦਾ ਕਿਵੇਂ ਪਰਮਾਤਮਾ ਨੂੰ ਧਿਆ ਸਕਦਾ ਸਤਿਸੰਗ ਜੀ ਸੁੱਤੇ ਪਏ ਬੰਦੇ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ ਸਕਦੇ ਕੰਮ ਤਾਂ ਕਠਿਨ ਹੈ ਪਰ ਕਬੀਰ ਸਾਹਿਬ ਕਹਿੰਦੇ ਨੇ ਜੇ ਕਿਸੇ ਗੁਰਮੁਖ ਦੇ ਮੁੱਖ ਤੋਂ ਸੁੱਤੇ ਪਏ ਦੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਿਕਲੇ ਉਹਨੂੰ ਜੋੜਾ ਬਜਾਰੋਂ ਲੈਣ ਦੀ ਲੋੜ ਨਹੀਂ ਮੈਂ ਆਪਣੀ ਚਮੜੀ ਦੀ ਜੁੱਤੀ ਬਣਾ ਕੇ ਉਸ ਗੁਰਮੁਖ ਦੇ ਪੈਰੀ ਪਾਵਾਂ ਮੈਂ ਆਪਣੇ ਆਪ ਨੂੰ ਸਫਲਾ ਤੇ ਧੰਨ ਭਾਗ ਵਾਲਾ ਸਮਝਾਂ ਕਬੀਰ ਸੁਪਨੇ ਹੂੰ ਬਰੜਾਏਗਾ ਜਿਹ ਮੁੱਖ ਨਿਕਸੈ ਰਾਮ ਤਾਂ ਕਿ ਬਾਕੀ ਪਾਨ ਹੀ ਮੇਰੇ ਤਨ ਕੋ ਜਾਂ ਕਹਿੰਦੇ ਸੁਪਨੇ ਵਿੱਚ ਬਰੜਾ ਕੇ ਅਗਰ ਕੋਈ ਗੁਰਮੁਖ ਪਿਆਰਾ ਰਾਮ ਦਾ ਨਾਮ ਲੈਂਦਾ ਹੋਵੇ ਮੈਂ ਆਪਣੇ ਤਨ ਦੀ ਚਮੜੀ ਉਤਾਰ ਕੇ ਉਹਦਾ ਜੋੜਾ ਬਣਾ ਕੇ ਉਸ ਗੁਰਮੁਖ ਦੇ ਪੈਰੀ ਪਾਉਣ ਲਈ ਤਿਆਰ ਹਾਂ ਕਿਉਂਕਿ ਇਸ ਗੱਲ ਦੀ ਨਿਸ਼ਾਨੀ ਹੈ ਭਾਈ ਸੁੱਤੇ ਪਏ ਦੇ ਮੁੱਖ ਤੋਂ ਤਾਂ ਪਰਮੇਸ਼ਵਰ ਦਾ ਨਾਮ ਨਿਕਲਿਆ ਕਿਉਂਕਿ ਇਹਨੇ ਜਾਗਦੇ ਨੇ ਪਰਮੇਸ਼ਵਰ ਨੂੰ ਚੇਤੇ ਕੀਤਾ ਜੋ ਜਾਗਦੇ ਆਪਣੇ ਨਾਲ ਵਰਤਾਰਾ ਵਰਤੇਗਾ ਸੁੱਤੇ ਪਿਆਂ ਵੀ ਸਤਸੰਗ ਜੀ ਉਹੀ ਹੋਣਾ ਜੋ ਜੀਵਨ ਵਿੱਚ ਆਪਾਂ ਜਾਗਦਿਆਂ ਨਹੀਂ ਕਰ ਸਕੇ ਬਹੁਤ ਵਾਰ ਸੁੱਤਿਆਂ ਪਿਆ ਸੁਪਨੇ ਵਿੱਚ ਉਹ ਕਿਰਿਆ ਚੱਲ ਪੈਂਦੀ ਤੇ ਜਿਸ ਨੇ ਸੁੱਤੇ ਪਏ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਿਆ ਲਿਆ ਦਾ ਅਰਥ ਹੈ ਜਾਗਦਾ ਬੰਦਾ ਪਰਮੇਸ਼ਵਰ ਨੂੰ ਚੇਤੇ ਕਰਨ ਵਾਲਾ ਹੈ ਤਾਂ ਸੁੱਤੇ ਦੇ ਮੁੱਖ ਤੋਂ ਨਿਕਲਿਆ ਕਿਉਂਕਿ ਜੋ ਕੁਝ ਆਪਣੇ ਸਾਰੇ ਜੀਵਨ ਦਾ ਸੁਭਾਅ ਹੋਵੇਗਾ ਸੰਸਕਾਰਾਂ ਅਨੁਸਾਰ ਪ੍ਰਪੱਕ ਹੋ ਕੇ ਸਤਸੰਗ ਜੀ ਸੁਪਨਿਆਂ ਵਿੱਚ ਵੀ ਉਹੀ ਕੁਝ ਹੁੰਦਾ ਸੁਪਨਾ ਇੱਕ ਐਸੀ ਕਮਾਲ ਕਰ ਦਿੱਤੀ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀ ਸੁਪਨੇ ਰਾਹੀਂ ਸਾਨੂੰ ਪਤਾ ਲੱਗ ਜਾਂਦਾ ਵੀ ਮੇਰੇ ਅੰਦਰ ਧਰਮ ਕਿੱਥੋਂ ਤੱਕ ਆ ਚੁੱਕਾ ਸੁਪਨਿਆਂ ਤੋਂ ਆਪਣੀ ਅਵਸਥਾ ਦਾ ਸਿਆਣੇ ਬੰਦੇ ਅੰਦਾਜ਼ਾ ਲਾ ਲੈਂਦੇ ਨੇ ਭਾਈ ਮੈਨੂੰ ਸੁਪਨੇ ਕਿਸ ਤਰ੍ਹਾਂ ਦੇ ਆਉਂਦੇ ਨੇ ਉਸੇ ਤਰ੍ਹਾਂ ਦੀ ਮੇਰੀ ਆਤਮਕ ਅਵਸਥਾ ਸੁਪਨੇ ਪਏ ਨੂੰ ਪਰਮੇਸ਼ਰ ਚੇਤੇ ਆ ਜਾਏ ਗੁਰੂ ਸਾਹਿਬ ਜੀ ਦੇ ਦਰਸ਼ਨ ਹੋ ਜਾਣ ਸੁੱਤਾ ਪਿਆ ਕੋਈ ਬੰਦਾ ਬਾਣੀ ਪੜ੍ਹਦਾ ਪਿਆ ਹੋਵੇ ਕੋਈ ਕਥਾ ਕੀਰਤਨ ਚ ਹਾਜ਼ਰੀ ਪੜ੍ਹਦਾ ਇਹਦਾ ਅਰਥ ਹੈ ਧਰਮ ਅੰਦਰ ਆ ਰਿਹਾ ਗੁਰਮੁਖ ਇੱਕ ਚੰਗੀ ਨਿਸ਼ਾਨੀ ਹੈ ਵੀ ਇਸ ਨੂੰ ਪਰਮੇਸ਼ਰ ਚੇਤੇ ਆਇਆ ਤਾਂ ਕਬੀਰ ਸਾਹਿਬ ਨੇ ਆਖਿਆ ਜੇ ਕੋਈ ਸੁੱਤੇ ਪਏ ਤੇ ਮੁੱਖ ਤੋਂ ਪਰਮੇਸ਼ਵਰ ਦਾ ਨਾਮ ਨਿਕਲੇ ਤੇ ਗੁਰਮੁਖ ਇਹਦਾ ਅਰਥ ਹੈ ਵੀ ਉਹ ਜਾਗਦਾ ਹੋਇਆ ਪਰਮੇਸ਼ਵਰ ਨੂੰ ਚੇਤੇ ਕਰਨ ਵਾਲਾ ਉਠਤ ਬੈਠਤ ਸੋਵਤ ਧਿਆਈ ਹੈ ਸੋਵਤ ਤਾਂ ਹੀ ਧਿਆਇਆ ਜਾਵੇਗਾ ਜੇ ਜਾਗਰਤ ਅਵਸਥਾ 'ਚ ਧਿਆਇਆ ਤੇ ਨਹੀਂ ਤੇ ਜੋ ਜ਼ਿੰਦਗੀ ਸਾਰੀ ਦਾ ਸੁਭਾਅ ਪ੍ਰਪੱਕ ਹੋ ਚੁੱਕਾ ਗੁਰਮੁਖੋ ਉਹੀ ਆਪਣੇ ਸੁੱਤੇ ਪਿਆ ਨਿਕਲੇਗਾ ਨਾ ਮੁੱਖ ਤੋਂ ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਵਚਨ ਹੈ ਉਹ ਕਹਿੰਦੇ ਨੇ ਜੈਸੇ ਤੋਂ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ ਅਨਿੱਥਾ ਉਦਮ ਜੈਤ ਪਦਵੀ ਨਾ ਪਾਈਏ ਜੈਸੇ ਘਰ ਲਾਗੇ ਆ ਜਾਗ ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛਤਾਈਏ ਕਿਸੇ ਦੇ ਘਰ ਨੂੰ ਅੱਗ ਲੱਗ ਜਾਏ ਤੇ ਭਾਈ ਗੁਰਦਾਸ ਜੀ ਕਹਿੰਦੇ ਜੋ ਆਖੇ ਹੁਣ ਮੈਂ ਖੂਹ ਕੱਢ ਕੇ ਤੇ ਇਸ ਅੱਗ ਨੂੰ ਬੁਝਾ ਕੇ ਆਪਣਾ ਘਰ ਬਚਾ ਲਵਾਂ ਕਦੇ ਨਹੀਂ ਬਚਾ ਸਕੇਗਾ ਅਗਰ ਉਸਨੇ ਘਰ ਨੂੰ ਅੱਗ ਤੋਂ ਬਚਾਉਣਾ ਸੀ ਤੇ ਪਾਣੀ ਦਾ ਪ੍ਰਬੰਧ ਪਹਿਲਾਂ ਕਰਕੇ ਰੱਖਣਾ ਚਾਹੀਦਾ ਸੀ ਜੈਸੇ ਘਰ ਲਾਗੇ ਆਗ ਜਾਗ ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛਤਾਈਏ ਕਾਰਜ ਸਿੱਧ ਨਹੀਂ ਹੋਵੇਗਾ ਘਰ ਸੜ ਜਾਵੇਗਾ ਰੋਣਾ ਪਵੇਗਾ ਪਛਤਾਉਣਾ ਪਵੇਗਾ ਕਿਉਂਕਿ ਪ੍ਰਬੰਧ ਪਹਿਲਾਂ ਕਰਕੇ ਨਹੀਂ ਰੱਖਿਆ ਨਾ ਅੱਗ ਲੱਗੀ ਤੋਂ ਖੂਹ ਕੱਢ ਕੇ ਪਾਣੀ ਕੱਢ ਕੇ ਫਿਰ ਨਹੀਂ ਅੱਗ ਬੁੱਝਦੀ ਹੁੰਦੀ ਜੈਸੇ ਤੋਂ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ ਉਹ ਕਹਿੰਦੇ ਸੰਗਰਾਮ ਲੱਗ ਜਾਏ ਜੰਗ ਸ਼ੁਰੂ ਹੋ ਜਾਵੇ
ਵੈਰੀ ਚੜ੍ਹ ਕੇ ਤੁਹਾਡੇ ਦਰਵਾਜ਼ੇ 'ਤੇ ਆ ਜਾਏ ਤਾਂ ਤੁਸੀਂ ਆਖੋ ਹੁਣ ਮੈਂ ਸੂਰਮੇ ਵਾਲੀ ਵਿੱਦਿਆ ਸਿੱਖ ਕੇ ਆਣ ਕੇ ਫਿਰ ਜੰਗ ਜਿੱਤ ਲਵਾਂਗਾ, ਇਵੇਂ ਕਦੀ ਨਹੀਂ ਹੋ ਸਕਦਾ। ਇਹ ਪਹਿਲਾਂ ਸਿੱਖ ਕੇ ਰੱਖਣੀ ਚਾਹੀਦੀ ਸੀ। ਅਨਿੱਥਾ ਉੱਦਮ ਜਾਤ ਪਦਵੀ ਨਾ ਪਾਈਏ, ਕਹਿੰਦੇ ਉਹ ਸਾਰਾ ਉੱਦਮ ਤੁਹਾਡਾ ਵਿਅਰਥ ਜਾਵੇਗਾ ਜਿੱਤ ਦੀ ਪਦਵੀ ਨਹੀਂ ਮਿਲੇਗੀ, ਕਿਉਂਕਿ ਪਹਿਲੇ ਉੱਦਮ ਨਹੀਂ ਕੀਤਾ ਹੈ। ਜੈਸੇ ਨਿਸ ਸੋਵਤ ਸੰਘਾਤੀ ਚੱਲ ਜਾਤ ਪਾਤਸ਼ਾਹ, ਭੋਰ ਭਾਏ ਭਾਰ ਬੰਧ ਚਲੇ ਕੱਤ ਜਾਈਏ। ਭਾਈ ਸਾਹਿਬ ਜੀ ਦੇ ਬਚਨ ਉਹ ਕਹਿੰਦੇ ਨੇ ਜਿਵੇਂ ਕੋਈ ਗੁਰਮੁਖ ਤੀਰਥ ਯਾਤਰਾ 'ਤੇ ਨਿਕਲੇ ਧਾਰਮਿਕ ਸਥਾਨਾਂ ਦੀ, ਪਰ ਉਹਨੂੰ ਰਸਤਾ ਮਾਲੂਮ ਨਾ ਹੋਵੇ, ਉਹ ਕਿਸੇ ਸੰਘ ਨਾਲ ਰਲ ਕੇ ਯਾਤਰਾ ਕਰਦਾ ਪਿਆ, ਪਰ ਸੰਘ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਆਪਣੇ ਰਸਤੇ 'ਤੇ ਚੱਲ ਪਵੇ, ਪਰ ਜੇ ਉਸ ਬੰਦੇ ਨੂੰ ਸਵੇਰੇ ਉੱਠਣ ਦਾ ਸੁਭਾਅ ਦਾ ਪ੍ਰਪੱਕ ਨਹੀਂ, ਉਹ ਸੂਰਜ ਚੜ੍ਹੇ 'ਤੇ ਉੱਠੇਗਾ, ਫਿਰ ਦੇਖਿਆ ਸੰਗਤ ਨਾਲ ਦੀ ਉੱਥੇ ਹੈਗੀ ਕੋਈ ਨਹੀਂ, ਅਤੇ ਆਪਣਾ ਝੋਲਾ ਫੜ ਕੇ ਕਿੱਥੇ ਜਾਵੇਗਾ, ਕਿਤੇ ਨਹੀਂ ਜਾ ਸਕਦਾ, ਰਸਤੇ ਦਾ ਪਤਾ ਨਹੀਂ ਹੈ। ਜੈਸੇ ਨਿਸ ਸੋਵਤ ਸੰਘਾਤੀ ਚੱਲ ਜਾਤ ਪਾਤਸ਼ਾਹ, ਭੋਰ ਭਾਏ ਭਾਰ ਬੰਧ ਚਲੇ ਕੱਤ ਜਾਏ, ਕਹਿੰਦੇ ਸਵੇਰੇ ਉੱਠਿਆ ਲੇਟ ਸੰਗਤ ਚਲੇ ਗਈ, ਹੁਣ ਕਿੱਥੇ ਜਾਵੇਗਾ, ਹੁਣ ਨਹੀਂ ਜਾ ਸਕਦਾ। ਤੈਸੇ ਮਾਇਆ ਅੰਧ ਤਾਂਦਿਆ ਵਦ ਬਿਹਾਤ ਜਾਏ, ਕਹਿੰਦੇ ਜਿਸ ਦੀ ਸਾਰੀ ਉਮਰ ਹਾਏ ਮਾਇਆ ਹਾਏ ਮਾਇਆ ਮਾਇਆ ਦਾ ਸਿਮਰਨ ਕਰਦਿਆਂ ਬਤੀਤ ਹੋਏ, ਅੰਤਕਾਲ ਕੈਸੇ ਅਨਾਮ ਲੈ ਵਲਾਈਏ। ਉਹ ਕਹਿੰਦੇ ਉਹ ਆਖਿਆ ਵੀ ਮੈਨੂੰ ਸੁੱਤੇ ਨੂੰ ਪਰਮੇਸ਼ਰ ਚੇਤੇ ਆ ਜਾਏ, ਅੰਤਲੇ ਸਮੇਂ 'ਤੇ ਅਕਾਲ ਪੁਰਖ ਚੇਤੇ ਆ ਜਾਵੇ, ਕਦੇ ਨਹੀਂ ਆ ਸਕੇਗਾ। ਕਿਉਂ? ਕਿਉਂਕਿ ਉਹਨੇ ਸਮਾਂ ਰਹਿੰਦਿਆਂ ਪਰਮੇਸ਼ਰ ਨੂੰ ਚੇਤੇ ਕਦੇ ਨਹੀਂ ਕੀਤਾ ਨਾ। ਇਸ ਲਈ ਹਜ਼ੂਰ ਦੇ ਬਚਨ ਨੇ ਗੰਗਾ ਗੋਮਿਤ ਗੁਣ ਰਵੋ, ਸਾਸ ਸਾਸ ਜਪ ਨੀਤ, ਸਵਾਸ ਸਵਾਸ ਨਿਤ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਨਾ ਹੈ, ਔਰ ਉਸ ਪਰਮੇਸ਼ਰ ਦੇ ਹੀ ਗੁਣ ਗਾਉਣੇ ਨੇ। ਹਰ ਸਵਾਸ ਨੀਤ ਦਾ ਅਰਥ ਹੈ ਨਿਤ। ਫਿਰ ਇੱਥੇ ਇੱਕ ਹੋਰ ਵੀ ਆਪਾਂ ਵਿਚਾਰ ਕਰਾਂਗੇ, ਹੈਰਾਨੀ ਦੀ ਗੱਲ ਹੈ, ਮਹਾਰਾਜ ਤਾਂ ਕਹਿੰਦੇ ਵੀ ਤੂੰ ਨਿਤ ਇਹ ਕੰਮ ਕਰਨਾ, ਔਰ ਨਿਤ ਵੀ ਕੰਟੀਨਿਊ ਕਰਨਾ ਪੈਣਾ, ਇੱਕ ਰਾਸ ਕਰਨਾ ਪਵੇਗਾ। ਸਾਸ ਸਾਸ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਨ, ਤਾਂ ਤੇਰੇ ਮਨ ਦੀ ਚਿੰਤਾ ਉਤਰੇਗੀ, ਸਵਾਸ ਸਵਾਸ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰੇਗਾ। ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੇ ਢੀਲਾ, ਦਿਨੇ ਰਾਤ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧ, ਦਿਨ ਰਾਤ ਤਾਂ ਨਹੀਂ ਹੋ ਸਕਦਾ ਮਹਾਰਾਜ ਇਹ ਕਾਰਜ ਜੀ। ਆਠ ਪਹਿਰ ਗੁਣ ਗਾਓ, ਹਜ਼ੂਰ ਦੇ ਬਚਨ ਅੱਠੇ ਪਹਿਰ ਗਾਓ, ਅੱਠੇ ਪਹਿਰ ਤਾਂ ਸਤਿਗੁਰੂ ਜੀ ਗਾਏ ਨਹੀਂ ਨਾ ਜਾ ਸਕਦੇ, ਤੁਹਾਡਾ ਹੁਕਮ ਹੈ ਅੱਠੇ ਪਹਿਰ ਗੁਣ ਗਾਉਣ ਦਾ, ਪਰ ਅੱਠੇ ਪਹਿਰ ਕਿਵੇਂ ਗਾਏ ਜਾ ਸਕਦੇ ਨੇ? ਚਾਰ ਪਹਿਰ ਦਾ ਦਿਨ ਹੈ, ਚਾਰ ਪਹਿਰ ਦੀ ਰਾਤ ਹੈ, ਰਾਤ ਸੌਣਾ ਵੀ ਹੈ, ਫਿਰ ਦਿਨੇ ਵੀ ਆਪਣੀ ਧਰਮ ਦੀ ਕਿਰਤ ਕਰਨੀ ਹੈ, ਹੋਰ ਕਾਰਜ ਵੀ ਕਰਨੇ ਪੈਣਗੇ ਸੰਸਾਰਕ, ਅੱਠੇ ਪੈਰ ਕੌਣ ਗੁਣ ਗਾ ਸਕਦਾ? ਕੋਈ ਵੀ ਸਰੀਰਕ ਕਿਰਿਆ ਸਿਆਣੇ ਗੁਰਮੁਖ ਕਹਿੰਦੇ ਅੱਠੇ ਪੈਰ ਹੋ ਨਹੀਂ ਸਕਦੀ ਗੁਰਮੁਖੋ। ਅੱਠੇ ਪੈਰ ਅਗਰ ਕੋਈ ਆਖੇ ਨਾ ਵੀ ਮੈਂ ਪ੍ਰਸ਼ਾਦਾ ਛੱਕੀ ਚੱਲਾਂ, ਤਾਂ ਨਹੀਂ, ਪੇਟ ਭਰ ਜੇਗਾ ਬੰਦ ਕਰਨਾ ਪੈਣਾ। ਅੱਠੇ ਪੈਰ ਕਿਸੇ ਨੂੰ ਪਿਆਸ ਨਹੀਂ ਲੱਗੀ ਰਹਿ ਸਕਦੀ, ਅੱਠੇ ਪੈਰ ਕੋਈ ਸੁੱਤਾ ਨਹੀਂ ਰਹਿ ਸਕਦਾ, ਅੱਠੇ ਪੈਰ ਜਾਗਦਾ ਨਹੀਂ ਰਹਿ ਸਕਦਾ, ਅੱਠੇ ਪੈਰ ਖੜਾ ਨਹੀਂ ਰਹਿ ਸਕਦਾ, ਔਰ ਅੱਠੇ ਪੈਰ ਉਹਨੇ ਬੈਠੇ ਵੀ ਨਹੀਂ ਰਹਿਣਾ। ਸਮੇਂ ਅਨੁਸਾਰ ਸਰੀਰ ਦਾ ਸੌਣਾ ਅਤੇ ਜਾਗਣਾ ਇਹ ਪ੍ਰਕਿਰਿਆ ਨੇਚਰਲੀ ਹੈ, ਇਹਨੇ ਚੱਲਣਾ ਹੀ ਹੈ। ਆਪਣੇ ਆਪ ਜਾਗ ਆਵੇਗੀ, ਜਦੋਂ ਨੀਂਦ ਪੂਰੀ ਹੋ ਗਈ, ਜਦੋਂ ਨੀਂਦ ਨੇ ਜ਼ੋਰ ਪਾਇਆ, ਆਪਣੇ ਆਪ ਨੀਂਦ ਆ ਜਾਵੇਗੀ। ਕੋਈ ਵੀ ਕਾਰਜ ਮਹਾਰਾਜ ਕੰਟੀਨਿਊ ਚੱਲ ਨਹੀਂ ਸਕਦਾ, ਕੋਈ ਵੀ ਸਮਾਜਿਕ ਅਤੇ ਸਰੀਰਕ ਕਿਰਿਆ ਇਸ ਸਰੀਰ ਤੋਂ ਅੱਠੇ ਪੈਰ ਹੋ ਨਹੀਂ ਸਕਦੀ, ਪਰ ਹਜ਼ੂਰ ਕਹਿੰਦੇ ਤੂੰ ਗੁਣ ਪ੍ਰਮਾਤਮਾ ਦੇ ਅੱਠੇ ਪੈਰ ਗਾ, ਇਹ ਕਿਵੇਂ ਹੋਵੇਗਾ ਜੀ? ਹਾਂ, ਇੱਕ ਹੀ ਕਾਰਜ ਹੈ ਜਿਹੜਾ ਅੱਠੇ ਪੈਰ ਸਤਸੰਗ ਜੀ ਹੋ ਸਕਦਾ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਚੱਲਦਿਆਂ ਉੱਠਦਿਆਂ ਬੈਠਦਿਆਂ ਸੁੱਤਿਆਂ ਪਿਆ ਜਾਗਦਿਆਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਗਾਉਣਾ ਅਤੇ ਗਾਇਆ ਜਾ ਸਕਦਾ। ਸਿਰਫ ਇੱਕ ਕਿਰਿਆ ਮੈਂ ਬੇਨਤੀ ਕੀਤੀ, ਹੋ ਸਕਦੀ ਹੈ ਸਰੀਰ ਨਾਲ ਜਿਹੜੀ ਅੱਠੇ ਪੈਰ ਕੰਟੀਨਿਊ ਚੱਲ ਸਕਦੀ, ਬਾਕੀ ਕੋਈ ਵੀ ਕਾਰਜ ਆਪਾਂ ਲਗਾਤਾਰ ਅੱਠੇ ਪੈਰ ਨਹੀਂ ਕਰ ਸਕਦੇ। ਪਰ ਇਹ ਕਾਰਜ ਜਿਹੜਾ ਜਪਣ ਵਾਲਾ, ਇਹ ਅੱਠੇ ਪੈਰ ਤਾਂ ਹੋਵੇਗਾ, ਇਹਨੂੰ ਫਿਰ ਕਰਨਾ ਨਹੀਂ ਪੈਂਦਾ ਸਤਸੰਗ ਜੀ, ਤੇ ਹੁੰਦਾ ਹੈ, ਪਰ ਉਹਦੇ ਲਈ ਆਪਾਂ ਨੂੰ ਇਹਦਾ ਅਭਿਆਸ ਪਕਾਉਣਾ ਪੈਂਦਾ। ਜਦੋਂ ਉਹਦੀ ਯਾਦ ਅੰਦਰ ਚੱਲਣ ਲੱਗ ਪਵੇਗੀ ਨਾ, ਫਿਰ ਉਹਨੂੰ ਯਾਦ ਕਰਨਾ ਨਹੀਂ ਪੈਂਦਾ। ਜਿਵੇਂ ਸਵਾਸ ਸੁੱਤੇ ਸਿੱਧ ਚੱਲਦੇ ਨੇ, ਯਾਦ ਵੀ ਸੁੱਤੇ ਸਿੱਧ ਚੱਲੇਗੀ। ਇੱਕ ਸ਼ਬਦ ਮੇਰਾ ਪ੍ਰਾਣ ਬਸਤ ਹੈ ਬਾਹੁੜ ਜਮਨਾ, ਇੱਕ ਸ਼ਬਦ ਜਦੋਂ ਪਰਮਾਤਮਾ ਦਾ ਸਵਾਸਾਂ 'ਚ ਵਸ ਗਿਆ ਸਤਸੰਗ ਜੀ, ਉਹ ਸਾਡਾ ਜਨਮ ਮਰਨ ਮੇਟ ਦੇਵੇਗਾ, ਪਰ ਉਹਨੂੰ ਸਵਾਸਾਂ 'ਚ ਵਸਾਉਣ ਵਾਸਤੇ ਉਹਦਾ ਅਭਿਆਸ ਕਰਨਾ ਪੈਣਾ। ਜਿਸ ਦਿਨ ਸਵਾਸਾਂ 'ਚ ਵਸ ਗਿਆ, ਫਿਰ ਉਹ ਸੁੱਤਿਆਂ ਦਾ ਵੀ ਚੱਲੇਗਾ, ਜਾਗਦਿਆਂ ਦਾ ਵੀ ਚੱਲੇਗਾ। ਉਸੇ ਨੂੰ ਭਗਤ ਨਾਮਦੇਵ ਜੀ ਨੇ ਆਖਿਆ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਉਹ ਕਹਿੰਦੇ ਮਿੱਤਰਾ ਤ੍ਰਿਲੋਚਨ, ਤੂੰ ਸ਼ੰਕਾ ਨਾ ਕਰ, ਕਿਉਂਕਿ ਉਹਨਾਂ ਨੇ ਆਖਿਆ ਸੀ ਨਾ, ਭਗਤ ਜੀ ਤੁਹਾਨੂੰ ਲੋਕ ਇੰਨਾ ਸੁਣਾਉਂਦੇ ਨੇ, ਆ ਤੁਸੀਂ ਆਪਣੇ
ਅਮਰੇ ਰੰਗੀ ਜਾਂਦੇ ਹਾਂ, ਕੱਪੜੇ ਠੇਕੀ ਜਾਂਦੇ ਹਾਂ, ਗਿੱਲੇ ਧੋ ਲਏ, ਸੁੱਕੇ ਇਕੱਠੇ ਕਰ ਲਏ, ਪਰਮੇਸ਼ਰ ਨੂੰ ਕਿਹੜੇ ਵੇਲੇ ਚੇਤੇ ਕਰਦੇ ਪਏ ਜੇ? ਬਦਨਾਮ ਦੇਵ ਨੇ ਆਖਿਆ ਇਹ ਤਾਂ ਹੱਥਾਂ ਪੈਰਾਂ ਦੀ ਮੇਰੀ ਕਿਰਤ ਹੈ, ਪਰ ਅਸਲ ਵਿੱਚ ਤੈਨੂੰ ਇਹ ਨਹੀਂ ਪਤਾ ਮੈਂ ਅੰਦਰੋਂ ਕੀ ਕਰਦਾ ਪਿਆ, ਤੂੰ ਬਾਹਰਲੀ ਕਿਰਿਆ ਦੇਖੀ ਹੈ, ਅੰਦਰੋਂ ਅਸਲ ਵਿੱਚ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਇੱਕ ਰਸ ਧਿਆ ਰਿਹਾ। ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਜਦੋਂ ਸਵਾਸਾਂ ਵਿੱਚ ਵਸ ਜਾਂਦਾ ਚਿੱਤ ਸਤਸੰਗ ਜੀ ਉਸ ਨਿਰੰਜਨ ਨਾਲ ਹੀ ਲੱਗਾ ਰਹਿੰਦਾ ਹੈ, ਬੰਦਾ ਆਪਣੇ ਧਰਮ ਦੀ ਕਿਰਤ ਵੀ ਕਰਦਾ, ਕਿਸੇ ਨਾਲ ਬੋਲਚਾਲ ਵੀ ਰੱਖੀ ਜਾਂਦਾ, ਸੌਂਦਾ ਜਾਗਦਾ ਚੱਲ ਰਿਹਾ, ਪਰ ਉਹਦੇ ਅੰਦਰ ਉਹ ਕਿਰਿਆ ਹੋ ਰਹੀ ਸਵਾਸ ਦੀ ਚੱਲਦੀ। ਸਵਾਸ ਤਾਂ ਦੇਖੋ ਗੋਦ ਵਾਲੇ ਬੱਚੇ ਦੇ ਵੀ ਚੱਲਦੇ ਪਏ ਹੁੰਦੇ ਨੇ, ਉਹਦੀ ਸਿਆਣਪ ਕਰਕੇ ਤਾਂ ਨਹੀਂ ਚੱਲ ਰਹੇ, ਸੁੱਤੇ ਪਏ ਬੱਚੇ ਬੰਦੇ ਦੇ ਸਵਾਸ ਚੱਲਦੇ ਨੇ, ਸਾਡੀ ਸਿਆਣਪ ਕਰਕੇ ਥੋੜ੍ਹਾ ਚੱਲਦੇ ਨੇ। ਪਰਮਾਤਮਾ ਦੀ ਇੱਕ ਇਹ ਕਿਰਿਆ ਹੈ ਜਿਹੜੀ ਸੁੱਤੇ ਪਿਆਂ ਵੀ ਹੋਣੀ ਆ, ਜਾਗਦਿਆਂ ਵੀ ਹੋਈ ਜਾਣੀ ਹੈ। ਸਵਾਸ ਸਾਨੂੰ ਯਾਦ ਰੱਖ ਕੇ ਨਹੀਂ ਲੈਣਾ ਪੈਂਦਾ ਬਈ ਹੁਣ ਸਵਾਸ ਮੈਂ ਬਾਹਰ ਕੱਢ ਦਿੱਤਾ ਸੀ ਤਾਂ ਹੁਣ ਇਹਨੂੰ ਮੈਂ ਵਾਪਸ ਅੰਦਰ ਲੈ ਕੇ ਆਉਣਾ, ਨਹੀਂ, ਇਹ ਕਿਰਿਆ ਸੁੱਤੇ ਸਿੱਧ ਹੈ। ਅਤੇ ਸਵਾਸਾਂ ਵਿੱਚ ਜਦੋਂ ਪਰਮੇਸ਼ੁਰ ਕਿਰਪਾ ਕਰਕੇ ਨਾਮ ਸਾ ਦੇਵੇਗਾ ਫਿਰ ਉਹ ਜਪਣ ਵਾਲੀ ਕਿਰਿਆ ਵੀ ਸੁੱਤੇ ਸਿੱਧ ਹੁੰਦੀ। ਉਸ ਲਈ ਸਤਸੰਗ ਜੀ ਮਹਾਰਾਜ ਜੀ ਨੇ ਫਿਰ ਸੰਗਤ ਦੀ ਮਹਾਨਤਾ ਦੱਸੀ, ਉਵੇਂ ਹੀ ਇੰਨੇ ਵਚਨ ਨਹੀਂ ਕਰ ਦਿੱਤੇ ਸਤਿਗੁਰੂ ਜੀ ਨੇ, ਯਾਦ ਰੱਖਣਾ, ਖੋਜਤ ਖੋਜਤ ਸੁਣੀ ਹੈ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਈ, ਤਾਂ ਹਜ਼ੂਰ ਨੇ ਕਿਰਪਾ ਕੀਤੀ, ਕਹਿੰਦੇ ਗੁਰਮੁਖੋ ਇਹ ਤਾਂ ਸਬਕ ਸੰਗਤ ਵਿੱਚ ਜਾਣ ਕੇ ਪ੍ਰਪੱਟ ਹੋਵੇਗਾ, ਤਾਂ ਤੁਹਾਨੂੰ ਖੋਜ ਕਰਕੇ ਨਿਰਣੇ ਦਾ ਵਚਨ ਦੱਸਦੇ ਪਏ ਹਾਂ ਭਾਈ ਸੰਗਤ ਬਿਨਾਂ ਅੱਜ ਤੱਕ ਕਿਸੇ ਦਾ ਪਾਰ ਉਤਾਰਾ ਨਹੀਂ ਹੋਇਆ। ਸੋ ਉਹ ਸ੍ਰੇਸ਼ਟ ਸਮਾਂ ਮਹਾਰਾਜ ਜੀ ਨੇ ਸੰਗਤ ਕਰਨ ਦਾ ਸਤਸੰਗ ਜੀ ਆਪਾਂ ਨੂੰ ਕਿਰਪਾ ਕਰਕੇ ਬਖਸ਼ਿਆ। ਆਓ ਜਿਹਨੇ ਦਿਨੇ ਲੜੀ ਚੱਲੇਗੀ ਹੁਕਮ ਹੋਇਆ ਆਪਾਂ ਰਾਮ ਕਲੀ ਕੀ ਵਾਰ ਜੋ ਬਾਬੇ ਸੱਤੇ ਪ੍ਰਵੰਡੇ ਨੇ ਉਚਾਰਨ ਕੀਤੀ ਹੈ ਉਸਦੀ ਸਤਸੰਗ ਜੀ ਵਿਚਾਰ ਕਰਾਂਗੇ। ਹਰੇਕ ਬਾਣੀ ਦਾ ਕੋਈ ਨਾ ਕੋਈ ਦੀ ਵਾਚਾ ਹੁੰਦਾ, ਕੋਈ ਉਥਾਨਕਾ ਹੁੰਦੀ, ਇਸ ਬਾਣੀ ਦੀ ਵੀ ਉਥਾਨਕਾ ਗੁਰਮੁਖਾਂ ਨੇ ਕਥਨ ਕੀਤੀ ਹੈ ਭਾਈ ਇਹ ਬਾਬਾ ਸੱਤਾ ਪ੍ਰਵੰਡਾ ਗੁਰੂ ਘਰ ਦੇ ਰਬਾਬੀ ਸੰਗਰਾਗੀ ਸਿੰਘ ਸਨ, ਮਹਾਰਾਜ ਜੀ ਦੀਆਂ ਬੜੀਆਂ ਖੁਸ਼ੀਆਂ ਸੀ, ਅਕਾਲ ਪੁਰਖ ਜੀ ਦੀ ਸੋਭਾ ਕੀਰਤਨ ਦੇ ਰੂਪ ਵਿੱਚ ਸੰਗਤਾਂ ਨੂੰ ਸਰਵਣ ਪਵਾਉਂਦੇ ਸਨ ਅਤੇ ਕਿਸੇ ਪਦਾਰਥ ਦੀ ਕੋਈ ਕਮੀ ਨਹੀਂ ਸੀ। ਉਹ ਥਾਨਕਾ ਵਿੱਚ ਇਹ ਬਚਨ ਲਿਖੇ ਨੇ, ਪਰ ਇੱਕ ਦਿਨ ਐਸਾ ਸਮਾਂ ਆਇਆ ਮਹਾਰਾਜ ਜੀ ਤੋਂ ਮਾਇਆ ਮੰਗ ਲਈ ਭਾਈ, ਗੁਰੂ ਸਾਹਿਬ ਜੀ ਨੂੰ ਕਾਰਜ ਦੱਸਿਆ ਵੀ ਬੇਟੀ ਦੀ ਸ਼ਾਦੀ ਹੈ ਅਤੇ ਮਹਾਰਾਜ ਖੁੱਲ੍ਹੀ ਮਾਇਆ ਚਾਹੀਦੀ, ਮਰਜ਼ੀ ਨਾਲ ਖਰਚਣੀ ਚਾਹੁੰਦੇ। ਹਜ਼ੂਰ ਨੇ ਆਖਿਆ ਕੋਈ ਗੱਲ ਨਹੀਂ ਭਾਈ, ਮਾਇਆ ਦੀ ਕੋਈ ਕਮੀ ਨਹੀਂ ਰਹੇਗੀ, ਤੁਸੀਂ ਕਾਰਜ ਆਰੰਭ ਕਰੋ, ਗੁਰੂ ਨਾਨਕ ਪਾਤਸ਼ਾਹ ਆਪ ਵਿੱਚ ਵਰਤਣਗੇ, ਕਿਸੇ ਵੀ ਪਦਾਰਥ ਦੀ ਕੋਈ ਟੋਟ ਕੋਈ ਕਮੀ ਨਹੀਂ ਆਵੇਗੀ। ਆਖਿਆ ਨਹੀਂ ਮਹਾਰਾਜ, ਆਪ ਦੀ ਕਿਰਪਾ ਕਰਕੇ ਵਚਨ ਕਰ ਲਓ, ਵਿਸਾਖੀ ਵਾਲੇ ਦਿਨ ਦੀ ਜਿੰਨੀ ਮਾਇਆ ਆਵੇਗੀ ਉਹ ਤੁਸੀਂ ਸਾਨੂੰ ਦੇ ਦਿਆ ਜੀ। ਉਸ ਦਿਨ ਦੀ ਸਾਰੀ ਦਰਸ਼ਨੀ ਭੇਟਾ ਸਿਰਫ ਇੱਕ ਦਿਨ ਦੀ ਇੱਕ ਪੁਰਬ ਦੀ ਮਾਇਆ ਤੁਸੀਂ ਸਾਨੂੰ ਦੇ ਦਿਓ ਅਤੇ ਅਸੀਂ ਆਪਣੀ ਬੇਟੀ ਦਾ ਕਾਰਜ ਕਰ ਲਵਾਂਗੇ। ਹਜ਼ੂਰ ਨੇ ਆਖਿਆ ਭਾਈ ਤੁਸੀਂ ਇਵੇਂ ਨਾ ਕਰੋ, ਦਾਵਾ ਨਾ ਕਰੋ, ਕਿਸੇ ਗੱਲ ਦਾ ਦਾਵਾ ਨਾ ਮੰਨੋ, ਮਾਇਆ ਜਿੰਨੀ ਤੁਹਾਨੂੰ ਚਾਹੀਦੀ ਮਿਲ ਜਾਏਗੀ, ਤੁਸੀਂ ਫਿਕਰ ਨਾ ਕਰੋ। ਆਖਿਆ ਨਹੀਂ ਮਹਾਰਾਜ, ਤੁਸੀਂ ਕਿਰਪਾ ਕਰੋ, ਇੱਕ ਦਿਨ ਦੀ ਮਾਇਆ ਅਸੀਂ ਮੰਗਦੇ ਪਏ ਹਾਂ, ਤੁਸੀਂ ਸਾਰੀ ਦਰਸ਼ਨੀ ਭੇਟਾ ਸਾਨੂੰ ਦੇ ਦਿਆ ਜੇ ਅਸੀਂ ਆਪਣਾ ਕਾਰਜ ਕਰ ਲਵਾਂਗੇ। ਹਜ਼ੂਰ ਨੇ ਆਖਿਆ ਚਲੋ ਫਿਰ ਤੁਹਾਡੀ ਮਰਜ਼ੀ ਭਾਈ, ਤੁਸੀਂ ਮੰਗਦੇ ਹਾਂ। ਉਹ ਐਸੀ ਨੀਅਤ ਵਰਤੀ ਉਸ ਦਿਨ ਦੀ ਜਿਹੜੀ ਮਾਇਆ ਸੀ ਸਤਸੰਗ ਜੀ, ਉਹ ਜਿੰਨੀ ਉਹਨਾਂ ਨੇ ਮਨ ਵਿੱਚ ਅੰਕੀ ਸੀ ਉਨੀ ਹੋਈ ਨਹੀਂ। ਉਹ ਗੁਰੂ ਸਾਹਿਬ ਜੀ ਦਾ ਕੌਤਕ ਵਰਤ ਗਿਆ, ਮਾਇਆ ਘੱਟ ਹੋਈ ਦਰਸ਼ਨੀ ਭੇਟਾ। ਸਤਿਗੁਰੂ ਜੀ ਨੇ ਆਖਿਆ ਲਓ ਲੈ ਲਓ ਭਾਈ। ਹੁਣ ਗੁੱਸੇ 'ਚ ਆ ਗਏ ਨੇ, ਕ੍ਰੋਧ 'ਚ ਆ ਗਏ, ਕਹਿੰਦੇ ਜੀ ਤੁਸੀਂ ਆਪ ਕਲਾ ਵਰਤਾ ਦਿੱਤੀ, ਤੁਸੀਂ ਸਿੱਖਾਂ ਨੂੰ ਮਨਾ ਕਰ ਦਿੱਤਾ, ਨਹੀਂ ਤਾਂ ਇਸ ਪੁਰਬ ਦੀ ਤਾਂ ਮਾਇਆ ਹੁੰਦੀ ਬਹੁਤ, ਤੁਹਾਡੇ ਕੋਲੋਂ ਮਾਇਆ ਮੰਗ ਬੈਠੀ ਇਸ ਕਰਕੇ ਤੁਸੀਂ ਮਨਾ ਕਰ ਛੱਡਿਆ ਜੀ। ਮਹਾਰਾਜ ਨੇ ਆਖਿਆ ਸੀ ਕਿਸੇ ਨੂੰ ਮਨਾ ਨਹੀਂ ਕੀਤਾ, ਇਹ ਤੁਹਾਡੇ ਭਾਗ ਨੇ, ਤੁਹਾਨੂੰ ਤਾਂ ਹੀ ਆਖਿਆ ਸੀ ਦਾਵਾ ਨਾ ਬੰਨੋ, ਮਾਇਆ ਦੀ ਕੋਈ ਕਮੀ ਨਹੀਂ ਰਹਿੰਦੀ। ਨਾਰਾਜ਼ ਹੋ ਗਏ, ਰੁੱਸ ਗਏ ਜੀ, ਇਹੀ ਲਿਖਿਆ ਦੀ ਬਾਚੇ 'ਚ, ਫਿਰ ਕੀਰਤਨ ਕਰਨ ਵਾਸਤੇ ਨਹੀਂ ਆਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਸੰਗਤਾਂ ਜਿਹੜੇ ਕੀਰਤਨ ਦੇ ਪ੍ਰੇਮੀ ਨੇ ਸਤਸੰਗ ਜੀ, ਉਹਨਾਂ ਦਾ ਚਿੱਤ ਵਿਵਲ ਹੋਇਆ, ਸੰਗਤਾਂ ਉਡੀਕਦੀਆਂ ਪਈਆਂ ਨੇ, ਕੀਰਤਨ ਸ਼ੁਰੂ ਨਹੀਂ ਹੋਇਆ। ਆਖਿਆ ਮਹਾਰਾਜ ਉਹ ਆਏ ਨਹੀਂ ਹੈਗੇ ਰਬਾਬੀ ਸਿੰਘ। ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਆਖਿਆ ਜਾਓ ਬਾਬਾ ਜੀ, ਉਹਨਾਂ ਨਾਲ ਉਹ ਕਿਹੜੀ ਗੱਲ ਹੋ ਗਈ, ਕਾਰਜ ਤੁਹਾਡੇ ਸਾਰੇ ਪਰਮਾਤਮਾ ਕਰ ਦੇਵੇਗਾ, ਤੁਸੀਂ ਆਓ। ਬਾਬਾ ਬੁੱਢਾ ਜੀ ਗਏ, ਉਹਨਾਂ ਮਨਾ ਕਰ ਦਿੱਤਾ, ਆਖਿਆ ਨਹੀਂ ਜਦੋਂ ਗੁਰੂ ਸਾਹਿਬ ਜੀ ਨੇ ਸਾਡੀ ਗੱਲ ਹੀ ਨਹੀਂ ਮੰਨੀ ਤੇ ਫਿਰ ਹੁਣ ਤੁਸੀਂ ਜਿੱਥੋਂ ਮਰਜ਼ੀ ਕੀਰਤਨ ਸੁਣੋ, ਅਸੀਂ ਕੀਰਤਨ ਨਹੀਂ ਸਰਵਣ ਕਰਵਾਵਾਂਗੇ। ਅਸਲ ਵਿੱਚ ਸਤਸੰਗ ਜੀ ਇਹ ਰੱਬੀ ਦਾਤ ਹੁੰਦੀ ਹੈ, ਠੀਕ ਹੈ, ਗੁਰੂ ਸਾਹਿਬ ਜੀ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ 'ਤੇ ਕੁਝ ਸੁਰਾਂ ਦੀ ਸੋਝੀ ਆ ਜਾਂਦੀ ਹੈ, ਕੋਈ ਮਹਾਰਾਜ ਕਿਰਪਾ ਕਰਕੇ ਜ਼ਬਾਨ 'ਚ ਰਸ ਵੀ ਬਖਸ਼ ਦਿੰਦੇ ਨੇ, ਪਰ ਜੇ ਬੰਦਾ ਹੰਕਾਰ ਕਰੇ ਵੀ ਮੇਰੀ ਸਿਆਣਪ ਕਰਕੇ, ਨਹੀਂ ਬਿਲਕੁਲ ਇੱਦਾਂ ਨਹੀਂ ਹੁੰਦਾ, ਇਹ ਤਾਂ ਦਾਤ ਹੈ, ਗੁਰੂ ਸਾਹਿਬ ਜੀ ਦੀ ਇੱਕ ਵਚਨ ਹੈ ਗੁਰਮੁਖਾਂ ਦਾ। ਉਹ ਕਹਿੰਦੇ ਨੇ ਬਾਬਾ ਆਨੰਦ ਸਿੰਘ ਜੀ ਦੇ ਕੋਲ ਸਤਸੰਗ ਜੀ ਕੀਰਤਨ ਚੱਲਦਾ ਪਿਆ ਸੀ ਅਤੇ ਉਹਨਾਂ ਨੇ
ਰਾਗੀ ਸਿੰਘਾਂ ਨੂੰ ਆਖਿਆ ਵੀ ਕਰੋ ਮਹਾਰਾਜ ਦੀ ਉਸਤਤ ਭਾਈ। ਉਹ ਕਹਿਣ ਲੱਗੇ ਕੀ ਸੁਣਾਈਏ ਜੀ, ਕਿਹੜੀ ਆਈਟਮ ਕਰੀਏ ਪੇਸ਼। ਉਹਨਾਂ ਕਹਿੰਦੇ ਆਈਟਮ ਨਹੀਂ, ਗੁਰੂ ਕੀ ਬਾਣੀ ਦਾ ਕੀਰਤਨ ਕਰੋ ਤੁਸੀਂ ਜੋ ਤੁਹਾਡਾ ਮਨ ਕਰਦਾ। ਆਖਾਂ ਨਹੀਂ ਜੀ, ਦੱਸੋ ਮਿਹਨਤ ਕੀਤੀ ਹੈ, ਤੁਸੀਂ ਹੁਕਮ ਕਰੋ ਕੀ ਸੁਣਨਾ। ਉਹਨਾਂ ਕਹਿੰਦੇ ਜੋ ਮਰਜ਼ੀ ਸੁਣਨਾ ਜੀ, ਤੁਸੀਂ ਦੱਸੋ, ਜੋ ਆਖੋਗੇ ਸੁਣਾ ਦਿਆਂਗੇ। ਕਿਉਂਕਿ ਆਪਣੀ ਮਿਹਨਤ ਤੇ ਹੰਕਾਰ ਸੀ। ਉਹਨਾਂ ਕਹਿੰਦੇ ਚਲੋ ਇਉਂ ਕਰੋ ਤੁਸੀਂ ਮਾਰੂ ਰਾਗ ਸੁਣਾਓ, ਕੋਈ ਰਾਗ ਆਵੇ। ਇੱਕ ਘੰਟਾ ਉਹਨਾਂ ਨੇ ਮਾਰੂ ਰਾਗ ਗਾਇਆ, ਕੋਈ ਗੱਲ ਨਹੀਂ ਬਣੀ। ਮਹਾਰਾਜ ਦੀ ਕੌਤਕ ਹੈ ਸਾ। ਰਾਗੀ ਸੁੰਦਰ ਸਿੰਘ ਜੀ ਬੈਠੇ ਸਨ, ਫਿਰ ਉਹਨਾਂ ਦਾ ਸਮਾਂ ਸੀ। ਮਹਾਂਪੁਰਸ਼ਾਂ ਨੇ ਆਖਿਆ ਰਾਗੀ ਜੀ ਕਰੋ ਅਕਾਲ ਪੁਰਖ ਦੀ ਉਸਤਤ। ਉਹਨਾਂ ਸਾਜ ਖੋਲ੍ਹੇ ਅਤੇ ਆਖਿਆ ਜੀ ਅਰਦਾਸ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਅਤੇ ਅਸੀਂ ਉਸਤਤ ਕਰ ਸਕੀਏ ਪਰਮਾਤਮਾ ਦੀ। ਉਹਨਾਂ ਆਖਿਆ ਆਪ ਹੀ ਵਰਤਣਗੇ ਮਹਾਰਾਜ ਵਿੱਚ, ਕੋਈ ਗੱਲ ਨਹੀਂ। ਤੁਸੀਂ ਐਸਾ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਜੜ ਚੇਤਨ 'ਤੇ, ਜਿਵੇਂ ਚੇਤਨ ਜੜ ਹੋ ਜਾਂਦੀ ਉਵੇਂ ਸਮਾਂ ਹੀ ਖੜ ਗਿਆ। ਮਾਰੂ ਹੀ ਉਹਨਾਂ ਨੇ ਗਾਇਆ, ਰਾਗੀ ਸੁੰਦਰ ਸਿੰਘ ਜੀ ਨੇ ਵੀ ਮਾਰੂ ਹੀ ਗਾਇਆ, ਪਰ ਕਮਾਲ ਹੋ ਗਈ, ਬਹੁਤ ਆਨੰਦ ਬਣਿਆ, ਇਹਨਾਂ ਸੰਤਾਂ ਨੇ ਰਸ ਮਾਣਿਆ। ਫਿਰ ਮਹਾਂਪੁਰਸ਼ਾਂ ਨੇ ਆਖਿਆ ਦੇਖੋ ਗੁਰਮੁਖੋ, ਇਹ ਗੁਰੂ ਦੀ ਦਿੱਤੀ ਹੋਈ ਦਾਤ ਹੈ, ਇਹ ਠੀਕ ਹੈ ਵੀ ਇਹ ਸਾਡਾ ਪ੍ਰੋਫੈਸ਼ਨ ਵੀ ਹੈ ਪਰ ਇਹ ਸਾਡੀ ਭਗਤੀ ਵੀ ਹੈ। ਜੇ ਅਸੀਂ ਸਮਝੀਏ ਇਹ ਸਾਡੀ ਬੰਦਗੀ ਹੈ, ਇਹ ਸਾਡਾ ਨਿਤਨੇਮ ਹੈ, ਇਹ ਸਮਝ ਕੇ ਕੀਤਾ ਜਾਵੇਗਾ ਤੇ ਗੁਰੂ ਦੀ ਕਿਰਪਾ ਵਰਤੇਗੀ। ਪਰ ਉਹਨਾਂ ਨੂੰ ਹੰਕਾਰ, ਉਹ ਕਹਿੰਦੇ ਅਸੀਂ ਜੀ ਅਸੀਂ ਨਹੀਂ ਸੁਣਾਵਾਂਗੇ ਫਿਰ ਕੌਣ ਕਰੇਗਾ। ਬਾਬਾ ਬੁੱਢਾ ਜੀ ਨੂੰ ਮੋੜ ਛੱਡਿਆ। ਬਾਬਾ ਜੀ ਨੇ ਆਣ ਕੇ ਆਖਿਆ ਮਹਾਰਾਜ ਉਹ ਤਾਂ ਆਉਂਦੇ ਨਹੀਂ ਪਏ ਜੀ, ਗੁਰੂ ਸਾਹਿਬ ਜੀ ਆਪ ਚੱਲ ਕੇ ਗਏ। ਨਿਮਰਤਾ ਦੇ ਪੁੰਜ ਹੱਦ ਕਰ ਦਿੱਤੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ, ਖੁਦ ਰੱਬ ਵੀ ਚੱਲ ਕੇ ਉਹਨਾਂ ਦੇ ਘਰੇ ਚਲੇ ਗਿਆ। ਆਖਿਆ ਰਾਗੀ ਜੀ ਕਿਸ ਗੱਲ ਤੋਂ ਨਾਰਾਜ਼ ਹੋ ਗਏ, ਪੈਸਿਆਂ ਦੀ ਕਿਹੜੀ ਗੱਲ ਹੈ, ਜਿੰਨੀ ਮਾਇਆ ਆਖੋਗੇ ਦੇ ਦਿਆਂਗੇ, ਆਓ ਚਲੋ ਕੀਰਤਨ ਤਾਂ ਸੁਣਾਓ। ਉਹਨਾਂ ਆਖਿਆ ਬਸ ਜੀ ਜਿੰਨੀ ਤੁਹਾਡੇ ਨਾਲ ਅਸੀਂ ਨਿਭਣੀ ਨਿਭ ਗਈ ਹੈ, ਹੁਣ ਨਹੀਂ, ਬਸ ਹੁਣ ਕੋਈ ਕੀਰਤਨ ਨਹੀਂ ਹੋ ਗਈ। ਇਹ ਤਾਂ ਸੋਭਾ ਸਾਡੇ ਕਰਕੇ ਚੱਲਦੀ ਪਈ ਸੀ, ਸਾਡੇ ਭਾਈ ਮਰਦਾਨਾ ਜੀ ਕੀਰਤਨ ਕਰਦੇ ਸਨ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲੋਕਾਂ ਜਾਣਿਆ, ਕੌਣ ਜਾਣਦਾ ਸੀ ਉਹਨਾਂ ਨੂੰ। ਇਹ ਤਾਂ ਸੰਗਤ ਕੀਰਤਨ ਸੁਣਨ ਕਰਕੇ ਆਉਂਦੀ ਹੈ ਨਾ। ਗੁਰੂ ਤੁਸੀਂ ਬਣੋ, ਪੂਜਾ ਤੁਹਾਡੀ ਹੋਵੇ, ਸਤਿਕਾਰ ਅਤੇ ਮੱਥੇ ਤੁਹਾਨੂੰ ਟਿਕਣ ਅਤੇ ਕੀਰਤਨ ਅਸੀਂ ਸੁਣਾਈਏ, ਆਉਣ ਸਾਰੇ ਸਾਡਾ ਕੀਰਤਨ ਸੁਣਨ ਵਾਸਤੇ। ਫਿਰ ਜੇ ਤੁਸੀਂ ਗੁਰੂ ਹੈ ਆਪ ਹੀ ਕਰ ਲਓ ਜੀ, ਫਿਰ ਵਾਹਿਗੁਰੂ ਅਸੀਂ ਨਹੀਂ ਆਵਾਂਗੇ, ਜਵਾਬ ਦੇ ਦਿੱਤਾ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਾਸਤੇ ਵਚਨ ਕੀਤੇ, ਫਿਰ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ ਵੀ ਨਹੀਂ ਭਾਈ ਤੁਸੀਂ ਚੰਗਾ ਨਹੀਂ ਕੀਤਾ। ਭਾਈ ਮਰਦਾਨਾ ਜੀ ਨੇ ਤਾਂ ਮਹਾਰਾਜ ਦੇ ਨਾਲ ਕਦੀ ਇਸ ਤਰ੍ਹਾਂ ਦੀ ਜਿੱਦ ਨਹੀਂ ਕੀਤੀ। ਆਪਣੀ ਉਮਰ ਦਾ ਉਹਨਾਂ ਨੇ ਤਕਰੀਬਨ 3 ਹਿੱਸੇ ਗੁਰੂ ਸਾਹਿਬ ਜੀ ਦੇ ਨਾਲ ਬਤੀਤ ਕਰ ਦਿੱਤੇ, ਪਰ ਕਦੇ ਸੱਚੇ ਪਾਤਸ਼ਾਹ ਦੇ ਹੁਕਮ ਤੋਂ ਬਾਹਰ ਨਹੀਂ ਹੋਏ। ਉਹਨਾਂ ਨੂੰ ਮਹਾਰਾਜ ਨੇ ਭਾਈ ਆਖਿਆ, ਭਾਈ ਆਪਣਾ, ਭਾਈ ਮਰਦਾਨਾ ਜੀ ਨੂੰ ਭਾਈ ਦਾ ਮਤਲਬ ਭਰਾ, ਭਾਈ ਮਰੁੰਡਾ ਵੇਚਣ ਵਾਲਾ ਨਹੀਂ, ਮਾਫ ਕਰਨਾ, ਭਾਈ ਦਾ ਅਰਥ ਹੁੰਦਾ ਭਰਾ, ਭਾਈ ਆਖਿਆ ਤੇ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਭਰਾ ਹੀ ਬਣਾ ਲਿਆ ਆਪਣਾ। ਕਦੇ ਕੋਈ ਬੇਨਤੀ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਦੀ ਨਹੀਂ ਮੋੜੀ, ਪਰ ਉਹਨੇ ਆਖਿਆ ਸਾਡੇ ਭਾਈ ਮਰਦਾਨਾ ਜੀ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲੋਕ ਜਾਣਦੇ ਸਨ, ਕੌਣ ਜਾਣਦਾ ਸੀ ਨਹੀਂ ਤੇ। ਫਿਰ ਪੰਜਵੇਂ ਪਾਤਸ਼ਾਹ ਨੇ ਆਖਿਆ ਤੁਸੀਂ ਗਲਤ ਵਚਨ ਕੀਤਾ, ਤੁਸੀਂ ਤੇ ਫਿੱਟ ਗਏ ਜੀ, ਇੰਨਾ ਹੰਕਾਰ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਾਧ ਸੰਗਤ ਨਿੰਦਿਆ ਸੁਣ ਨਹੀਂ ਸਕੇ ਮਹਾਰਾਜ ਸੱਚੇ ਪਾਤਸ਼ਾਹ। ਇਹ ਗੁਰੂ ਘਰ ਦਾ ਨਿਯਮ ਹੈ, ਅਸੂਲ ਹੈ। ਛੇਵੇਂ ਪਾਤਸ਼ਾਹ ਜੀ ਦੇ ਕੋਲ ਸਾਧ ਸੰਗਤ ਜੀ ਅਨਵਰ ਖਾਂ ਆਇਆ ਸੀ ਕਰਤਾਰਪੁਰ, ਤੇ ਉਹਨੇ ਮਹਾਰਾਜ ਜੀ ਦੇ ਸਾਹਮਣੇ ਗੁਰੂ ਸਾਹਿਬ ਜੀ ਦੀ ਬਹੁਤ ਨਿੰਦਿਆ ਕੀਤੀ। ਛੇਵੇਂ ਪਾਤਸ਼ਾਹ ਜੀ ਨੂੰ ਆਖਿਆ ਜੀ ਤੁਸੀਂ ਕੂੜ ਹੈ, ਤੁਹਾਡੇ ਅੰਦਰ ਇਹ ਦਰੇਕ ਚੱਲਦਾ ਜੀ, ਤੁਸੀਂ ਫਰੇਬ ਕਰਦੇ, ਧੋਖਾ, ਬਹੁਤ ਕੁਝ ਆਖਿਆ ਸੀ। ਤੇ ਫਿਰ ਜਦੋਂ ਇਹ ਗੱਲ ਆਖੀ ਨਾ ਕਿ ਮਹਾਰਾਜ ਤੁਹਾਡੇ ਕਰਕੇ ਪਹਿਲੇ ਸਤਿਗੁਰਾਂ ਪੰਜਾਂ ਸਰੂਪਾਂ ਦਾ ਵੀ ਪਤਾ ਲੱਗ ਗਿਆ ਵੀ ਅਸਲ ਵਿੱਚ ਝੂਠ ਸ਼ੁਰੂ ਤੋਂ ਚੱਲ ਰਿਹਾ ਸੀ ਤੁਹਾਡੇ ਘਰ 'ਚ। ਫਿਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਨੇਤਰ ਲਾਲ ਹੋਏ ਤਾਂ ਉਹਨਾਂ ਨੇ ਭਾਈ ਬਿਧੀ ਚੰਦ ਨੂੰ ਆਖਿਆ ਫਲ ਲਓ ਇਹਨੂੰ ਭਾਈ ਬਿਧੀ ਚੰਦ। ਜਿਸ ਮੂੰਹ ਤੋਂ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿੰਦਿਆ ਕੀਤੀ ਇਹਦੇ ਉੱਪਰ ਜਿੰਨੀਆਂ ਜੁੱਤੀਆਂ ਸਿੱਖ ਮਾਰਨਗੇ ਉਨੀ ਮੇਰੀ ਉਹਨਾਂ 'ਤੇ ਖੁਸ਼ੀ ਹੋਵੇਗੀ। ਅਨਵਰ ਖਾਂ ਨੂੰ ਕਰਤਾਰਪੁਰ ਢਾਹ ਕੇ ਕੁੱਟਿਆ ਸਿੱਖਾਂ ਨੇ। ਫਿਰ ਭਾਈ ਜਾਤੀ ਮਲਕ ਜੀ ਨੇ ਜਾ ਕੇ ਛੇਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਅਨਵਰ ਖਾਂ ਨੂੰ ਛਡਾਇਆ ਕਿਤੇ ਮਾਰੀ ਨਾ ਜਾਵੇ। ਮਹਾਰਾਜ ਛੇਵੇਂ ਪਾਤਸ਼ਾਹ ਨੇ ਆਖਿਆ ਤੁਸੀਂ ਸਾਡੀ ਨਿੰਦਿਆ ਕੀਤੀ, ਕੋਈ ਗੱਲ ਨਹੀਂ, ਹੋਰ ਕਰ ਲੈਂਦੇ ਚਾਰ ਵਚਨ, ਪਰ ਤੁਸੀਂ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਿੰਦਿਆ ਕੀਤੀ, ਇਹ ਬਰਦਾਸ਼ਤ ਨਹੀਂ ਹੋ ਸਕਦੀ। ਪੰਜਵੇਂ ਪਾਤਸ਼ਾਹ ਜੀ ਨੇ ਆਖਿਆ ਸੱਤੇ ਬਲਵੰਡੇ ਨੇ ਤੁਸੀਂ ਇਹ ਠੀਕ ਨਹੀਂ ਕੀਤਾ, ਤੁਸੀਂ ਸਾਨੂੰ ਜੋ ਕਹਿ ਰਹੇ ਸੀ ਠੀਕ ਹੈ, ਪਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿੰਦਿਆ ਨਹੀਂ ਸੀ ਕਰਨੀ ਚਾਹੀਦੀ। ਮਹਾਰਾਜ ਉੱਠ ਕੇ ਆ ਗਏ, ਕੀਰਤਨ ਦੀ ਦਾਤ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਬਖਸ਼ ਦਿੱਤੀ।
ਤਰਸ ਕੀਤਾ, ਪਰਉਪਕਾਰ ਕੀਤਾ। ਗੁਰੂ ਸਾਹਿਬ ਜੀ ਦੇ ਤੇ ਕਿਸੇ ਇੱਕ ਪਰਉਪਕਾਰ ਦਾ ਆਪਾਂ ਦੇਣ ਨਹੀਂ ਦੇ ਸਕਦੇ ਸਤਸੰਗ। ਇਸ ਚੱਲਦੀ ਵੀਕ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਲੰਘ ਕੇ ਗਿਆ। ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਉਂ ਕੀਤਾ? ਜਦੋਂ ਕਿ ਉਸ ਸਮੇਂ ਦਾ ਰਿਵਾਜ਼ ਸੀ ਜਿਸ ਦੇ ਨਾਮ ਉੱਪਰ ਮੰਦਰ ਤਿਆਰ ਹੋਵੇ ਉਹਦਾ ਬੁੱਤ ਉੱਥੇ ਸਥਾਪਨ ਕੀਤਾ ਜਾਂਦਾ ਸੀ। ਹੁਣ ਤੱਕ ਆਪਾਂ ਦੇਖ ਸਕਦੇ ਹਾਂ ਜਿਸ ਦੇਵਤੇ ਦੇ ਨਾਂ 'ਤੇ ਮੰਦਰ ਹੈ ਉਸ ਦੇਵਤੇ ਦੀ ਅੰਦਰ ਮੂਰਤੀ ਹੈ, ਜਿਸ ਦੇਵੀ ਦੇ ਨਾਂ 'ਤੇ ਮੰਦਰ ਹੈ ਉਸ ਦੇਵੀ ਦੀ ਅੰਦਰ ਮੂਰਤੀ, ਇੱਥੋਂ ਤੱਕ ਕਿਸੇ ਪਸ਼ੂ ਦੇ ਨਾਂ 'ਤੇ ਮੰਦਰ ਬਣਿਆ ਤਾਂ ਉਸ ਪਸ਼ੂ ਦੀ ਮੂਰਤੀ ਹੈ ਅੰਦਰ। ਹਰਿਮੰਦਰ ਸਾਹਿਬ ਦੀ ਰਚਨਾ ਪੰਜਵੇਂ ਪਾਤਸ਼ਾਹ ਜੀ ਨੇ ਕੀਤੀ। ਉਹ ਚਾਹੁੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਜਗ੍ਹਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਬੁੱਤ ਬਣਾ ਕੇ ਲਾ ਸਕਦੇ ਸੀ, ਗੁਰੂ ਅੰਗਦ ਦੇਵ ਸਾਹਿਬ ਜੀ ਦੀ ਮੂਰਤੀ ਸਥਾਪਨ ਕਰ ਸਕਦੇ ਸੀ, ਤੀਸਰੇ ਪਾਤਸ਼ਾਹ ਜੀ ਦਾ ਸਰੂਪ ਬਣਵਾ ਸਕਦੇ ਸੀ, ਆਪਣੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਵੀ ਮੂਰਤੀ ਲਗਾ ਸਕਦੇ ਸੀ, ਪਰ ਉਹਨਾਂ ਲਗਾਈ ਨਹੀਂ। ਕਿਉਂ ਪ੍ਰਕਾਸ਼ ਕੀਤਾ? ਇਸ ਲਈ ਮੰਦਰ ਹਰੀ ਦਾ ਸੀ ਅਤੇ ਪ੍ਰਕਾਸ਼ ਵੀ ਹਰੀ ਦਾ ਹੀ ਹੋਣਾ ਸੀ। ਇਸ ਲਈ ਆਪਾਂ ਕਹਿੰਦੇ ਦੇਖੋ ਆਪਾਂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨੂੰ ਥੋੜ੍ਹਾ ਕੁ ਬਰੀਕ ਬਿਨੀ ਨਾਲ ਦੇਖਾਂਗੇ ਤਾਂ ਹੈਰਾਨ ਰਹਿ ਜਾਂਦੀ ਬੁੱਧ ਆਪਣੇ ਮਹਾਰਾਜ ਦੇ ਸਰੂਪ ਦੇ ਬਾਹਰ ਲਿਖਿਆ ਹੁੰਦਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਦਿ ਕਿਉਂ ਲਿਖਿਆ ਜੀ? ਆਦਿ ਦਾ ਅਰਥ ਹੁੰਦਾ ਮੁੱਢ, ਮੁੱਢਲਾ ਗ੍ਰੰਥ, ਮੁੱਢਲੇ ਵਚਨ। ਹਾਲਾਂਕਿ ਇਹ ਜੇ ਬਾਹਰੀ ਨਜ਼ਰ ਨਾਲ ਦੇਖੀਏ ਤਾਂ ਮੁੱਢਲੇ ਨਹੀਂ ਹੈਗੇ, ਇਹਨਾਂ ਤੋਂ ਪਹਿਲਾਂ ਹੋਰ ਬਹੁਤ ਗ੍ਰੰਥ ਨੇ, 4 ਵੇਦ ਨੇ, 6 ਸ਼ਾਸਤਰ ਨੇ, 18 ਪੁਰਾਣ ਨੇ, 27 ਸਿਮਰਤੀਆਂ ਨੇ, ਉਪਦੇਸ਼ ਨੇ, ਫਿਰ ਗੀਤਾ ਹੈ, ਮਹਾਂਭਾਰਤ ਹੈ, ਕਿਤੇਬ ਹੈ, ਕੁਰਾਨੇ ਪਾਕ ਹੈ, ਬਹੁਤ ਕੁਝ ਹੈ। ਪਰ ਫਿਰ ਆਦਿ ਕਿਉਂ ਲਿਖਿਆ? ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿਉਂ? ਆਦਿ, ਆਦਿ ਦਾ ਅਰਥ ਹੈ ਮੁੱਢ, ਮੁੱਢਲੀ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਹੈ ਅਤੇ ਗੁਰੂ ਕੀ ਬਾਣੀ ਅਕਾਲ ਪੁਰਖ ਵਾਹਿਗੁਰੂ ਹੀ ਹੈ। ਅਸਲ 'ਚ ਮਹਾਰਾਜ ਜੀ ਨੇ ਮੋਹਰ ਲਗਾ ਦਿੱਤੀ, ਵਾਹ ਵਾਹ ਬਾਣੀ ਨਿਰੰਕਾਰ ਹੈ, ਨਿਰੰਕਾਰ ਆਪ ਹੈ ਅਤੇ ਨਿਰੰਕਾਰ ਦਾ ਹੀ ਪ੍ਰਕਾਸ਼ ਹੋ ਸਕਦਾ ਸੀ ਨਾ ਨਿਰੰਕਾਰ ਦੇ ਮੰਦਿਰ 'ਚ ਤਾਂ ਹੋ ਸਕਦਾ ਸੀ, ਅਤੇ ਇਸੇ ਕਰਕੇ ਨਿਰੰਕਾਰ ਦਾ ਹੀ ਪ੍ਰਕਾਸ਼ ਕੀਤਾ ਮਹਾਰਾਜ ਜੀ ਨੇ, ਕਿਉਂਕਿ ਗੁਰਪੁਰਬ ਲੰਘਿਆ ਹੁਣ ਅਜੇ 2 ਦਿਨ ਦੇ ਹੋਏ ਨੇ। ਕਿਸ ਕਿਸ ਪਰਉਪਕਾਰ ਦਾ ਦੇਣ ਦੇ ਸਕਦੇ ਨੇ ਸਿੱਖ? ਸਿੱਖਾਂ ਵਿੱਚ ਕੀਰਤਨ ਦੀ ਦਾਤ ਫਿਰ ਪੰਜਵੇਂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬਖਸ਼ੀ, ਖੁਦ ਕੀਰਤਨ ਕੀਤਾ ਮਹਾਰਾਜ ਨੇ ਸਰੰਦਾ ਲੈ ਕੇ, ਸਿੱਖਾਂ ਨੇ ਕੀਰਤਨ ਕੀਤਾ। ਫਿਰ ਹੁਣ ਜਦੋਂ ਮਹਾਰਾਜ ਦੇ ਵਚਨ ਕਹਿੰਦੇ ਨਦਰ ਪੱਠੀ ਜੇਕਰ ਸੁਲਤਾਨਾ ਕਾਹੋ ਕਰਾਏ, ਮਹਾਰਾਜ ਨੇ ਨਜ਼ਰ ਫੇਰ ਲਈ ਤਾਂ ਫਿਰ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਗੁਰੂ ਸਾਹਿਬ ਜੀ ਦੀ ਨਜ਼ਰ ਹੀ ਹੈ ਨਾ, ਮਹਾਰਾਜ ਜੀ ਨੇ ਤਾਂ ਬਹੁਤ ਆਖਿਆ ਨੀ ਇਵੇਂ ਨਾ ਕਰਵਾਓ, ਕੀਰਤਨ ਸੁਣਾ ਗੁਰੂ ਕੀਆਂ ਸੰਗਤਾਂ ਨੂੰ, ਕਮੀ ਕੋਈ ਨੀ ਰਹੇਗੀ। ਵਿੱਚ ਵਰਤਨ ਦੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ ਜੀ, ਸਾਡੇ ਕੀਰਤਨ ਕਰਕੇ ਤੁਹਾਨੂੰ ਮੱਥੇ ਟੇਕਣ, ਅਸੀਂ ਨਹੀਂ ਆਉਂਦੇ, ਅਲੱਗ ਪਤਾ ਜਾਵੇਗਾ। ਹੁਣ ਗੁਰੂ ਸਾਹਿਬ ਜੀ ਨੂੰ ਤਾਂ ਕੀ ਪਤਾ ਲੱਗਣਾ ਸੀ? ਬਸ ਉਸੇ ਦਿਨ ਤੋਂ ਕੰਮ ਸਾਧ ਸੰਗ ਜੀ ਥੱਲੇ 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 ਜਾਣਾ ਸ਼ੁਰੂ, ਜਿਹੜੀ ਮਾਇਆ ਜਮਾਂ ਸੀ ਉਹ ਵੀ ਖਤਮ ਹੋ ਗਈ, ਸਰੀਰ ਵੀ ਰੋਗੀ ਹੋ ਗਿਆ, ਕਿਉਂਕਿ ਬਚਨ ਸੀ ਨਾ ਮਹਾਰਾਜ ਚੌਥੇ ਪਾਤਸ਼ਾਹ ਦੇ ਬਚਨ ਨੂੰ ਕਹਿੰਦੇ ਗਿਰ ਵਸਦਾ ਜਲ ਪਾਉਣ ਜਾਏਗੋ, ਇੱਕ ਸਾਧ ਬਚਨ ਅਟਲਾਤਾ। ਗਿਰ ਪਰਬਤ ਨੂੰ ਕਹਿੰਦੇ ਵਸਦਾ ਧਰਤੀ, ਜਲ ਸਮੁੰਦਰ ਤੇ ਪਾਣੀ ਪਵਨ ਹਵਾ। ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਹਿੰਦੇ ਗੁਰਮੁਖੋ ਪਰਬਤ ਨਾਸ ਹੋ ਸਕਦਾ, ਹਵਾ ਰੁਕ ਸਕਦੀ, ਸਮੁੰਦਰ ਸੁੱਕ ਸਕਦਾ, ਧਰਤੀ ਨਾਸ ਹੋ ਸਕਦੀ, ਪਰ ਪੂਰੇ ਗੁਰੂ ਦੇ ਮੁਖ ਤੋਂ ਨਿਕਲਿਆ ਹੋਇਆ ਬਚਨ ਖਾਲੀ ਨਹੀਂ ਜਾ ਸਕਦਾ। ਹੁਣ ਬਚਨ ਹੋ ਗਿਆ, ਕੀ ਕਰ ਸਕਦੇ ਸੀ? ਰੋਣ ਲੱਗ ਪਏ ਜੀ, ਸਿੱਖ ਮੱਥੇ ਨਾ ਲਾਉਣ, ਪੈਸਾ ਕੋਲ ਕੋਈ ਨਹੀਂ, ਸਰੀਰ ਰੋਗੀ ਹੈ। ਫਿਰ ਪਛਤਾਵਾ ਹੋਇਆ, ਬਹੁਤ ਪਛਤਾਵਾ ਹੋਇਆ। ਫਿਰ ਵੀ ਮੈਂ ਕਹਿੰਦਾ ਚੰਗੇ ਭਾਗ ਨੇ, ਪਛਤਾਵੇ ਦੇ ਅੱਥਰੂ ਸਾਹਿਬ ਸਿੰਘ ਜੀ ਅਗਰ ਕਿਸੇ ਦੀਆਂ ਅੱਖਾਂ ਵਿੱਚ ਆ ਜਾਣ ਤੇ ਪਛਤਾਵੇ ਦੇ ਹੰਝੂ ਪਾਪ ਧੋ ਦਿੰਦੇ ਨੇ। ਬਹੁਤ ਚੰਗੇ ਭਾਗ ਹੋਣ ਤੇ ਫਿਰ ਬੰਦਾ ਆਪਣੇ ਕੁਕਰਮ ਤੇ ਪਛਤਾਵਾ ਕਰੇ, ਮੈਨੂੰ ਬਖਸ਼ ਲਓ ਮਹਾਰਾਜ ਮੇਰੀ ਭੁੱਲ ਸੀ। ਚੰਗੇ ਭਾਗ ਹੋਣ ਤਾਂ ਫਿਰ ਵੀ ਇਹ ਗੱਲ ਚੇਤੇ ਆ ਸਕਦੀ ਹੈ। ਚਲੋ ਉਹਨਾਂ ਗੁਰੂ ਸਾਹਿਬ ਜੀ ਦੀ ਸੰਗਤ ਕੀਤੀ ਸੀ, ਪਛਤਾਵਾ ਹੋਇਆ, ਹੁਣ ਕਹਿੰਦੇ ਸਾਨੂੰ ਬਖਸ਼ਵਾ ਦਿਓ ਜੀ ਮਹਾਰਾਜ ਤੋਂ। ਕੋਈ ਸਿੱਖ ਕਹਿੰਦਾ ਨਾ ਜੀ ਮਹਾਰਾਜ ਦੇ ਬਚਨ ਹੈ ਜਿਹੜਾ ਤੁਹਾਨੂੰ ਲੈ ਕੇ ਆਵੇਗਾ ਤਾਂ ਮੂੰਹ ਕਾਲਾ ਕਰਾਂਗੇ, ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿੰਦਿਆ ਕੀਤੀ, ਇਹ ਨਹੀਂ ਮਾਫ਼ੀ ਮਿਲ ਸਕਦੀ ਤੁਹਾਨੂੰ। ਅਖੀਰ ਕਹਿੰਦੇ ਚਲੋ ਹੁਣ ਭਾਈ ਲੱਦੇ ਕੋਲੇ ਚੱਲਦੇ ਹਾਂ। ਭਾਈ ਭਾਈ ਉਹ ਹੀ ਆ, ਉਹਨੂੰ ਤਾਂ ਪਰਉਪਕਾਰੀ ਕਹਿੰਦੇ ਨੇ, ਲੱਦਾ ਪਰਉਪਕਾਰੀ। ਲਾਹੌਰ ਗਏ, ਜਾ ਕੇ ਭਾਈ ਲੱਦੇ ਨੂੰ ਆਖਿਆ ਵੀ ਅਸੀਂ ਆਏ ਹਾਂ। ਉਹਨੇ ਆਖਿਆ ਨਹੀਂ ਭਾਈ ਤੁਹਾਡੇ ਵਾਸਤੇ ਤਾਂ ਮਹਾਰਾਜ ਦਾ ਬਚਨ, ਫਿਰ ਮੈਂ ਕੀ ਕਰਾਂ? ਆਖਿਆ ਭਾਈ ਲੱਦਿਆ ਜੇ ਤੂੰ ਖਾਲੀ ਮੋੜ ਦਿੱਤਾ ਤਾਂ ਫਿਰ ਇਹਦਾ ਅਰਥ ਹੈ ਵੀ ਗੁਰੂ ਦੇ ਦਰੋਂ ਕਦੀ ਕੋਈ ਬਖਸ਼ਿਆ ਹੀ ਨਹੀਂ ਜਾਵੇਗਾ, ਤੂੰ ਮਾਫ਼ੀ ਦਵਾ ਸੀ ਤੇ ਗਲਤੀ ਕਰ ਬੈਠੇ ਆ। ਠੀਕ ਹੈ, ਭਾਈ ਲੱਦੇ ਨੇ ਆਖਿਆ ਫਿਰ ਮੈਨੂੰ ਸਾਰੀ ਗੱਲ ਦੱਸੋ ਕਿਵੇਂ ਕਿਵੇਂ ਹੋਈ। ਦੱਸਿਆ ਜੀ, ਅਸੀਂ ਜਵਾਬ ਦੇ ਦਿੱਤਾ ਸੀ, ਬਾਬਾ ਬੁੱਢਾ ਜੀ ਆਏ ਵਾਪਸ ਕਰ ਦਿੱਤੇ, ਫਿਰ ਪੰਜਵੇਂ ਪਾਤਸ਼ਾਹ ਖੁਦ ਚੱਲ ਕੇ ਆਏ, ਅਸੀਂ ਖੋਟੇ ਬੋਲ ਬੋਲੇ, ਬਸ ਉਹਨਾਂ ਬੋਲਾਂ ਕਰਕੇ ਮਹਾਰਾਜ ਨੇ ਆਖਿਆ ਸੀ ਤੇ ਫਿੱਟ ਗਏ ਨੇ। ਆਓ ਚੱਲੀਏ ਭਾਈ, ਜਿਹੜਾ ਇਹਨਾਂ ਨੂੰ ਮਾਫ਼ੀ ਦਵਾਉਣ ਲਈ ਲੈ ਕੇ ਆਵੇਗਾ ਤਾਂ ਮੂੰਹ ਕਾਲਾ ਕਰਾਂਗੇ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਉਹ ਕਹਿੰਦੇ ਫਿਰ ਭਾਈ ਲੱਦਾ ਜੀ ਆਏ, ਉਹਨਾਂ ਨੇ ਆਪੇ ਹੀ ਆਪਣੇ ਮੂੰਹ 'ਤੇ ਕਾਲਖ ਮੰਨ ਲਈ।
जो जो बचन सतगुरु जी ने दिते से वो पूरे करके आगे बढ़ रहे हैं। सदिक सतगुरु जी ने पूछा भाई लद्दे की कीता, उन्हें कहा महाराज ये तो मैं बाद च बेनती करांगा, पहला मैं ये दसो कि इन्होंने दोनों को माफी दवाउण वास्ते होर की करना पैना। तो महाराज ने कहा तू वही आ जानो। आख्या नहीं महाराज आप जी का वचन से पहला वो पूरा करांगे क्योंकि इन्होंने माफी दवानी चाहते हैं। भाई लद्दे गल ना ला लिया पंजवें पातशाह जी ने उठ के कुट के अपनी छाती ना लाया, अपनी छाती ने ला के कहा जा भाई लद्दे मैं इन्हों माफ कर देना, पर जिस मुख नाल इन्होंने गुरु नानक पातशाह जी की निंदा की अगर उस मुख नाल उस्तत कर देंगे तो बख्शे जाएंगे। फिर साहब संघ जी गुरु साहब जी के हजूर बैठ के बाबे सत्ते बलवंडे ने आवाज रखी जिस की अज आप विचार प्रारंभ करनी, थोड़ी उठान कर दी वाचा बेनती करनी सी। फिर उन्होंने साहब संघ जी दी अठ पौड़ियां उचारन कीतियां, क्या कमाल की शोभा की फिर, क्योंकि उन्होंने अंदर खुलिया जब गुरु साहब जी ने मेहर की नज़र तक दिता फिर उन्होंने अनुभव बोलिया अंदरों, खुशामद नहीं की याद रखना गुरु साहब जी की अनुभव बोलिया उन्होंने दिखाई देना क्योंकि पछता लिया ना पछतावे ने फिर उन्होंने अंदर खोलिया। फिर उन्होंने हजूर पंजे पातशाह सामने बैठ के ये पावन पवित्र बचन रामकली दी तीन वार ने सात संघ जी रामकली राग दियाँ, उन्होंने एक वार है जिसनों आप बाबे सत्ते बलवंडे की वार कहने। आओ अज तो फिर थोड़ा दिवाचा ही साहब सुन जी आपे साझा करना से आराम अज आप कर लें, फिर आने वाले दिनों जी बार महाराज जी के पवित्र बचना की विचार चलेगी। आओ सतगुरु जी असीस बख्शन मना की एकाग्रता वास्ते प्रेम नाल आखो जी सतनाम श्री वाहेगुरु साहिब जी। वाहेगुरु साहिब जीओ राम कली की वार, राय बलवंड तथा सत्ता डूम आखी। यह सरलेख है साहब संगत जी रामकली राग की वार है। इस वार में कलियां पौड़ियां ने, वार वैसे हिंदी कलियां पौड़ियां ने पर पंजवें पातशाह जी ने बाकी वारा नाल श्लोक दर्ज किए। इस वार में कोई श्लोक नहीं है, कलियां पौड़ियां ने। जिवें बसंत की वार आप पढ़ते हैं बसंत की वार महल पंजवाए ओंकार सतगुरु प्रसाद हर का नाम त्याय का हो हरिया पाई, उस भी श्लोक नहीं है, अकलियां पौड़ियां ने, ये भी अकलियां पौड़ियां ही। रामकली की वार राय बलवंड, राय का खिताब पंजवें पातशाह जी ने प्रसन्न होकर फिर इन्हें दिता, राय एक पदवी बख्श दिती सदा लिए अमर कर दिता। राय बलवंड तथा सत्या डूम आखी, वो डूम जिन्होंने लोग मरासी कहते सन सतगुरु जी ने अपने गल ना ला के साथ समझी सदा लई वड्याई बख्श दिती। उस बाबे बलवंड ने सत्ते ने ते आखी अपने पवित्र मुख तो हजूर के सामने बैठ के उचारण की। इस सरलेख तो बाद मंगल करते हैं एक ओंकार सत गुर प्रसाद। यह मंगल है साहब संगत जी, यह वस्तु निर्देशक मंगल जो सरगुण ते निर्गुण दोनों की लखता करवाउंदा। आपां निर्गुण वो अकाल पुरख वाहिगुरु जिहड़ा दिखाई देने च नहीं है, इंद्रिया गोचरे नहीं है, क्योंकि आकार नहीं है इस करके दिखाई नहीं दिंदा। सरगुण उस परमेश्वर का स्वरूप दसे पातशाह ने अपन दिखाई दे गई है सरगुण स्वरूप होने करके, क्यों क्योंकि आकार लै लिया ना पंजां तत्तां दे शरीर ने। फिर अपन गुरु नानक पातशाह जी के दर्शन हो गए, गुरु अंगद देव साहब जी के हुण गुरु ग्रंथ साहब महाराज जी के दर्शन आप करते पे। यह निर्गुण के सरगुण दोनों की लखता करवाएगा। एक ओंकार अद्वैत स्वरूप परमात्मा, ओंकार जिसकी चेतन की सारी सृष्टि है, क्योंकि परमात्मा अगर सृष्टि को चेतन नहीं करेगा तो यह अपना शरीर भी जाड़ी है, ये परमात्मा की जोत होने करके चेतन है। मैं बोलता पाया आप जी सुनते पे जे, नेत्र देखते पे ने, कन्ना च महाराज जी के वचन पेंदे पे ने, इस करके क्योंकि शरीर चेतन है परमात्मा का किया हुआ, उस चेतन ने चेतन सदा बख्शी है तो यह जड़ तो चेतन होया शरीर। अज ही महाराज शरीर चो जोत कट लैन तो शरीर फिर यह साध संग जी जड़ ही है, ना सुन सकेगा ना देख सकेगा, ना इन दुख ना सुख ना भुख ना त्रे। ओंकार के अखरी अर्थ ने जिन्हें सृष्टि चेतन की हुई है, अकली पैदा नहीं की, पैदा करके फिर चेतनता बख्शी है जिसने, जिस की सत्ता करके फुलों की खुशबोई भरती पई है, जिस की सत्ता करके फलों च रस भर रहा है, जिस की सत्ता करके सूरज के चंद्रमा ज्योतियां प्रकाश रही ने, जिस की सत्ता करके साडे नेत्र की ज्योति प्रकाश की आप संसार देख रहे हैं, उस अकाल पुरख वाहिगुरु का चेतन किया हो संसार है। इस करके उन्होंने कहते हैं ओंकार तो एक दर्थ है अद्वैत स्वरूप, वो एक ऐसी शक्ति है जी संसार चेतन कर सकती है।
ਕੋਈ ਕਿਸੇ ਜੀਵ 'ਚ ਨਿਕਲੀ ਹੋਈ ਜੋਤ ਦੁਬਾਰਾ ਕੋਈ ਸਾਇੰਟਿਸਟ ਨਹੀਂ ਪਾ ਸਕਦਾ, ਕੋਈ ਵੈਦ ਨਹੀਂ ਪਾ ਸਕਦਾ, ਕੋਈ ਡਾਕਟਰ ਨਹੀਂ ਪਾ ਸਕਦਾ। ਇਸ ਲਈ ਓਮਕਾਰ ਸਿਰਫ ਉਹ ਇੱਕ ਹੀ ਹੈ। ਉਹਦੇ ਕੀਤੇ ਹੋਏ ਸੰਸਾਰ ਦੇ ਕਾਰਜਾਂ ਨੂੰ ਜਾਂ ਉਹਦੀ ਬਖਸ਼ਿਸ਼ ਜੋ ਆਪਾਂ ਦਿਖਾਈ ਦਿੰਦੇ, ਆਪਾਂ ਨੂੰ ਇਉਂ ਕਹਿ ਲਈਏ ਮਟੀਰੀਅਲ ਜੋ ਬਣਾਇਆ ਹੋਇਆ ਪਰਮਾਤਮਾ ਦਾ, ਉਹਨੂੰ ਮੋਡੀਫਾਈ ਆਪਾਂ ਕਰ ਸਕਦੇ ਹਾਂ ਉਹ ਵੀ ਉਹਦੀ ਕਿਰਪਾ ਨਾਲ। ਪਰ ਕੋਈ ਇਹ ਬਾਂਹ ਖੜੀ ਕਰਕੇ ਨਹੀਂ ਕਹਿ ਸਕਦਾ ਇੱਕ ਵਾਰ ਸਰੀਰ 'ਚੋਂ ਨਿਕਲੀ ਹੋਈ ਜੋਤ ਮੈਂ ਵਾਪਸ ਉਹਦੇ 'ਚ ਪਾ ਸਕਦਾ। ਇਹ ਕੰਮ ਓਮਕਾਰ ਦਾ ਹੈ ਅਤੇ ਸਿਰਫ ਉਹ ਇੱਕ ਹੀ ਹੈ। ਇੱਕ ਓਮਕਾਰ ਸਤਿਗੁਰ ਪ੍ਰਸਾਦ। ਸਤ ਕਹਿੰਦੇ ਨੇ ਸਦੀਵੀ ਨੂੰ, ਅਵਿਨਾਸ਼ੀ ਨੂੰ, ਜਿਹੜਾ ਵੱਡਾ ਹੈ ਪੂਜਨੀਕ। ਸਤ ਸਿਰਫ ਉਹ ਹੀ ਹੈ, ਉਸ ਤੋਂ ਬਿਨਾਂ ਸਤ ਹੋਰ ਕੁਝ ਨਹੀਂ ਹੈਗਾ। ਇਸੇ ਲਈ ਕਿੱਡਾ ਵੱਡਾ ਆਦਮੀ ਵੀ ਚੜ੍ਹਾਈ ਕਰ ਜਾਵੇ ਸਨਾਤਨੀ ਮੱਤ 'ਚ, ਜਦੋਂ ਉਹਦੀ ਬੋਡੀ ਲੈ ਕੇ ਜਾਣਗੇ ਮਗਰ ਮਗਰ ਬੋਲਦੇ ਜਾਣਗੇ, ਆਖਣਗੇ ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ ਹੈ, ਉਸ ਬੰਦੇ ਦਾ ਨਾਮ ਖਤਮ ਹੋ ਗਿਆ ਜਦੋਂ ਉਹਦੇ ਸਵਾਸ ਖਤਮ ਹੋ ਗਏ, ਕਹਿੰਦੇ ਗੁਰਮੁਖੋ ਸੱਤ ਤਾਂ ਸਦਾ ਰਾਮ ਦਾ ਨਾਮ ਹੈ। ਇਸ ਕਰਕੇ ਸੱਤ ਪਰਮੇਸ਼ਰ ਹੀ ਹੈ। ਗੁਰ ਕਹਿੰਦੇ ਨੇ ਪੂਜਨੀਕ ਨੂੰ, ਵੱਡੇ ਨੂੰ, ਅਗਿਆਨ ਤੋਂ ਕੱਢ ਕੇ ਸਾਨੂੰ ਗਿਆਨ ਦੇ ਸਤਸੰਗ ਦੀ ਪ੍ਰਕਾਸ਼ ਵਿੱਚ ਲੈ ਜਾਣ ਵਾਲਾ ਜੋ ਹੈ ਉਹ ਹੈ ਗੁਰੂ, ਗੁਰ। ਸੋ ਸਤਿਗੁਰ ਪ੍ਰਸਾਦ ਕਹਿੰਦੇ ਕਿਰਪਾ ਨੂੰ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਗਰ ਪ੍ਰਾਪਤ ਕਰਨਾ ਜਿਹੜਾ ਚੇਤਨਤਾ ਬਖਸ਼ਣ ਵਾਲਾ, ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਹੈ, ਤੇ ਫਿਰ ਗੁਰੂ ਦੀ ਕਿਰਪਾ ਚਾਹੀਦੀ ਜੀ। ਨਾ ਕਰਤਾ ਕਾ ਦਰ ਕਰੇ ਕਿਉਂ ਬੋਲ ਹੋਵੇ ਜੋ ਖੀਵਦਾ। ਉਹ ਅਕਾਲ ਪੁਰਖ ਵਾਹਿਗੁਰੂ ਸਤਸੰਗ ਦੀ ਜਦੋਂ ਕਿਰਪਾ ਕਰਦਾ ਨਾ, ਕਿਉਂ ਬੋਲ ਹੋ ਗਿਆ ਜੋ ਖੀਮਦਾ। ਕਹਿੰਦੇ ਉਹਦੇ ਬੋਲ ਦਾ ਕੋਈ ਜੋਕ, ਕੋਈ ਮਾਪ, ਕੋਈ ਤੋਲ, ਕੋਈ ਹੋ ਸਕਦਾ? ਗੁਰੂ ਸਾਹਿਬ ਜੀ ਦੇ ਪਵਿੱਤਰ ਮੁੱਖ ਤੋਂ ਨਿਕਲੇ ਹੋਏ ਇੱਕ ਬਚਨ ਦੀ ਕੀਮਤ ਕੋਈ ਨਹੀਂ ਦੱਸ ਸਕਦਾ, ਕੋਈ ਤੋਲ ਕੇ ਨਹੀਂ ਦੱਸ ਸਕਦਾ ਉਸ ਬਚਨ ਦੀ ਬਖਸ਼ ਨੂੰ ਅਤੇ ਬਰਕਤ ਨੂੰ, ਕੋਈ ਜੋਖ ਕੇ ਨਹੀਂ ਦੱਸ ਸਕਦਾ। ਜੋ ਖੀਮਦਾ ਅਰਥ ਹੈ ਜੋਖ ਲੈਣਾ। ਗੁਰੂ ਦੇ ਬਚਨਾਂ ਨੂੰ ਨਹੀਂ ਸਾਹ ਸੰਗੀ ਆਪਾਂ ਬੁੱਧੀ ਦੀ ਤਕੜੀ 'ਚ ਤੋਲ ਸਕਦੇ, ਕਦੇ ਵੀ ਨਹੀਂ। ਉਸ ਬਚਨ ਦੇ ਪਿੱਛੇ ਕਿੰਨੀ ਵੱਡੀ ਕਲਾ ਕੰਮ ਕਰਦੀ ਪਈ ਹੈ, ਉਸ ਸ਼ਕਤੀ ਨੂੰ ਆਪਾਂ ਕਦੇ ਵੀ ਨਹੀਂ ਤੋਲ ਕੇ ਦੱਸ ਸਕਾਂਗੇ। ਇਹ ਆਖਰੀ ਅਰਥ ਨੇ ਸਿਰਫ ਪਹਿਲੀ ਪੰਕਤੀ ਦੇ, ਬਾਕੀ ਦੀ ਵਿਚਾਰੋਂ ਆਪਾਂ ਕੱਲ੍ਹ ਨੂੰ ਇੱਥੋਂ ਹੀ ਪ੍ਰਾਰੰਭ ਕਰਾਂਗੇ, ਕਿਉਂਕਿ ਅੱਜ ਆਪਾਂ ਉਥਾਨਕਾ ਰੱਖਣੀ ਸੀ ਦੀ ਬਾਚਾ ਤੁਹਾਡੇ ਨਾਲ ਸਾਂਝਾ ਕਰਨਾ ਸੀ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਕੱਲ੍ਹ ਇੱਥੋਂ ਆਪਾਂ ਫਿਰ ਵਿਚਾਰ ਆਪਣੀ ਪ੍ਰਾਰੰਭ ਕਰਾਂਗੇ। ਜਿਵੇਂ ਹਜ਼ੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨਗੇ, ਆਪਾਂ ਸਤਸੰਗ ਜੀ ਆਨੰਦ ਮਾਣਨਾ, ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ, ਕੀਰਤਨ ਦਾ, ਕਥਾ ਦਾ, ਸਤਸੰਗਤ ਦਾ। ਸੋ ਸਤਿਗੁਰੂ ਦੀ ਰਹਿਮਤ ਕਰਨ, ਤੁਹਾਡੀ ਮੇਰੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਦਰ ਤੇ ਪ੍ਰਵਾਨ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ, ਪ੍ਰੇਮ ਨਾਲ ਤੁਸੀਂ ਫਤਿਹ ਦਾ ਜਵਾਬ ਦੇਣਾ ਤੇ ਅਗਲਾ ਪ੍ਰੋਗਰਾਮ ਗੁਰਮੁਖਾਂ ਤੋਂ ਸਰਵਣ ਕਰੋ। ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।